की करना है एन एम पी यू क्यू की ही क्यू एन ए ਇਹਦੀ ਕਿਉਂ ਐਨੇ ਕਰਨਾ ਵਾ ਮੈਨੂੰ ਨਹੀਂ ਪਤਾ ਹੈ ਕੀ ਹੁੰਦਾ ਵਾ ਤੁਸੀਂ ਕਿਹਾ ਨਾ ਲੋਕੀ ਕੁਐਸਚਨ ਪੁੱਛਦੇ ਆ ਯਾਰ ਨੋ ਨੇ ਆ ਤੂੰ ਸੇਰੇ ਨੋ ਓ ਨਹੀਂ ਓ ਹੋਏ ਜਦੋਂ ਮੈਨੂੰ ਕਿਸੇ ਨੇ ਬਾਹਰ ਪੁੱਛਿਆ ਕਰਨਾ ਹੈ ਨਾ ਕਿ ਹਾਂਜੀ ਗਗਨ ਤੁਹਾਡੇ ਡਾਡੂ ਕਿੱਥੇ ਪੜਦਾ ਨਾਲ ਹੀ ਦਾ ਦੇਗਾ ਨਾ ਇਦਾਂ ਤੇ ਮੈਂ ਲਿੱਤੀ ਸੀ ਬੀਐਚ ਐਡਮਿਸ਼ਨ ਪੈਰ ਨਾ ਮਾਰੋ ਮੈਨੂੰ स्वागत यूट्यूब चैनल जिहदा नाम तुसीं इत्थे देखदे पए हो अज दा व्लॉग ਮਾੜਾ ਕੈਮਰਾ ਸੈਟਿੰਗ ਕਰ ਲਈਏ। हाँ जी तो क्यों एन शुरू कर लगे हैं पहला क्वेश्चन टाइम ना वेस्ट करते हुए सो जिहड़े चैनल ते नवे आ इह तां मैं कहना रुक जा टाइम वेस्ट करते हुए जिहड़े चैनल ते नवे आ वो चैनल नूं कर लो सबसक्राइब बैल आइकन नूं दबा दिओ हुण व्लॉग नूं लास्ट तक देखियो चल क्यों एन केड़ा पहला क्वेश्चन की है तुसीं कमेंट्स पढ़दे आ सारे दसो मैं नाल नाल आंसर दूंगी तो क्यों एन अपने नूं मैं कहता मैं क्यों बहुत लोग क्वेश्चन होंगे थोड़ी हाइट किन्नी आ एक अपनी लव स्टोरी का एक पार्ट रह गया मैं भी ओही फिर गल्लां सत्तू वालियां आप भी बड़ी करदा सो पहला चलो आप जिदा जिदा याद आई जाओगे आप कोई भी वीडियो कभी भी ਤੁਸੀਂ ਜਿੱਦਾਂ ਜਿੱਦਾਂ ਕਮੈਂਟਸ ਤੁਹਾਨੂੰ ਚੇਤਾ ਆਈ ਜਾਂਦੇ ਤੁਸੀਂ ਮੈਨੂੰ ਦੱਸੀ ਜੋ ਉਦਾਂ ਉਦਾਂ ਆਪਾਂ ਆਨਸਰ ਦੇ ਦਿੰਦੇ ਕਿ ਆਪਾਂ ਕਦੀ ਵੀ ਕੋਈ ਵੀਡੀਓ ਸਕ੍ਰਿਪਟਡ ਨਹੀਂ ਕੀਤੀ ਸੋ ਅੱਜ ਵੀ ਆਪਾਂ ਟਰਾਈ ਕੀਤੀ ਪਰ ਸਾਡੇ ਕੋ ਹੋਈ ਨਹੀਂ ਸਾਨੂੰ ਸਕ੍ਰਿਪਟਡ ਛੱਡੋ ਸਾਨੂੰ ਹੁਣ ਤੱਕ ਆਹੀ ਨਹੀਂ ਇਹਨਾਂ ਨੂੰ ਪਤਾ ਸੀ ਕਿ ਆਪਾਂ ਵੀਡੀਓ ਬਣਾਉਣੀ ਕੀ ਕਿਉਂ ਇਹਨੇ ਕਹਿੰਦੇ ਕਿ ਤੇ ਹੁਣ ਫਿਰ ਜਿੱਦਾਂ ਹਾਂ ਵੀ ਕਾਫੀ ਜਣਿਆਂ ਨੇ ਪੁੱਛਿਆ ਸੀ ਨਾ ਕਿ ਤੁਹਾਡੀ ਪਹਿਲਾਂ ਆਪਣੇ ਨਵੇਂ ਮੈਂਬਰ ਨੂੰ ਮਿਲ ਲਓ ਐ ਦੇਖੋ ਆਪਣਾ ਕਿੰਨੇ ਵਲੌਗਸ ਚ ਉਹਨੂੰ ਦਿਖਾਉਣਾ ਆ ਮੈਂ ਆਪਣੇ ਸ਼ੇਅਰ ਦੀ ਪ੍ਰੋਮੋਸ਼ਨ ਕਰਨੀ मेरी हैगी 5 फुट 9 इंच स्नेहा दी हैगी कुगी स्नेहा दी हैगी 5.4 है ना इहदी 5.4 इंच आ मेरी 5.9 इंच आ पांच होनी है ओदा जिस तक मैं लगता वा हैगी आ मेरी हाइट ठीक है इहदी 5.5 मेरी 5.9 ठीक है आपी वधिया ते ਹੁਣ ਆਪਾਂ ਹੋਰ ਕੀ ਜਿਹੜਾ ਸਾਰੇ ਜਣੇ ਪੁੱਛਦੇ ਆ ਤਾਂ ਤੂੰ ਮੈਂ 4 ਫੁੱਟ ਛੋਟ ਨਹੀਂ 4 ਇੰਚ ਛੋਟੀ ਹਾਂ ਹਾਂਜੀ ਤੇ ਸਾਡੀ ਮਤਲਬ ਕਿ ਆਦੀ ਕੀ ਆ ਫੁੱਲ ਨੇਮ ਕੀ ਆ ਠੀਕ ਆ ਸਨੇਹਾ ਦਾ ਰੀਅਲ ਫੁੱਲ ਨੇਮ ਹੈਗਾ ਆ ਸਨੇਹਾ ਕਤਿਆਲ ਠੀਕ ਆ ਮੇਰਾ ਫੁੱਲ ਨੇਮ ਹੈਗਾ ਆ ਗਗਨਪ੍ਰੀਤ ਸਿੰਘ ਲਾਲੀ ਲਾਲੀ ਮੇਰਾ ਸਰਨੇਮ ਆ ਠੀਕ ਆ ਤੇ ਤੁਸੀਂ ਸਾਰੇ ਜਣੇ ਪੁੱਛਦੇ ਲਾਲੀ ਵੀ ਤੁਹਾਡਾ ਨਾਮ ਹੀ ਆ ਨਹੀਂ ਗਗਨ ਮੇਰਾ ਨਾਮ ਆ ਲਾਲੀ ਮੇਰਾ ਸਰਨੇਮ ਆ ਤੇ ਸਨੇਹਾ ਦਾ ਸਰਨੇਮ ਹੁਣ ਲਾਲੀ ਹੋ ਗਿਆ ਆ ਉਹਦਾ ਰੀਅਲ ਨੇਮ ਕਤਿਆਲ ਰੀਅਲ ਸਰਨੇਮ ਇਹਦਾ ਕਤਿਆਲ ਸੀਗਾ ਠੀਕ ਆ ਹੋਰ ਤੁਸੀਂ ਕੀ ਕਹਿੰਦੇ ਹੁੰਦੇ ਕਾਸਟ ਤੋਂ ਬਾਅਦ ਵਿਆਹ ਕਰਾਇਆ ਹੋਵੇ ਸ਼ੇਰੇ ਨੋ ਉਹ ਨਹੀਂ ਓਏ
ਮੈਨੂੰ ਸਾਰੇ ਕਹਿੰਦੇ ਸੀ ਤੁਸੀਂ ਸ਼ਾਇਦ ਮੁਸਲਿਮ ਫੈਮਿਲੀ ਤੋਂ ਲੱਗਦੇ ਆ, ਇਹਦੇ ਕਰਕੇ ਉਰਦੂ ਚ ਨਹੀਂ ਹੈਗਾ। ਮੈਂ ਹਾਂ ਇਹ ਕਮੈਂਟ ਪੜਿਆ ਸੀਗਾ, ਮੈਂ ਇਹ ਉਰਦੂ ਚ ਨਹੀਂ ਹੈਗਾ, ਇਹਦਾ ਫੌਂਟ ਡਿਫਰੈਂਟ ਆ, ਹੈਗਾ ਇੰਗਲਿਸ਼ ਚ ਹੀ ਆ। ਹੋਰ ਮੇਨ ਮੇਨ ਆਪਾਂ ਮਤਲਬ ਮੇਨ ਮੇਨ ਹੀ ਜਵਾਬ ਜਦੋਂ ਮੈਨੂੰ ਕਿਸੇ ਨੇ ਬਾਹਰ ਪੁੱਛਿਆ ਕਰਨਾ ਹੈ ਨਾ ਕਿ ਹਾਂਜੀ ਗਗਨ ਤੁਹਾਡੇ ਡੈਡੂ ਕਿੱਥੇ ਪੜਵਾਇਆ, ਨਾਲ ਹੀ ਦਾ ਦੇ ਗਾ ਨਾ ਇਦਾਂ। ਤੇ ਹੁਣ ਮੈਂ ਤੁਹਾਨੂੰ ਮਤਲਬ ਮੇਨ ਮੇਨ ਕੁਐਸਚਨ ਜਿਹੜੇ ਕਿ ਹੈ ਉਦਾਂ ਤਾਂ ਬਹੁਤ ਹੁੰਦੇ ਆ, ਪਰ ਜਿਹੜੇ ਕਿ ਜਿਹੜੇ ਨਾਰਮਲੀ ਸਾਰੇ ਹੀ ਪੁੱਛਦੇ ਆ। ਠੀਕ ਆ, ਇੱਕ ਤਾਂ ਟੈਟੂ ਵਾਲਾ ਬਹੁਤ ਪੁੱਛਦੇ ਸੀ, ਏਜ ਕੀ ਆ। ਠੀਕ ਆ, ਏਜ ਸਾਡੀ ਹੈਗੀ ਆ, ਮੇਰੀ ਹੈਗੀ ਆ 21, ਇਹਦੀ ਹੈਗੀ ਆ 20। ਮੈਂ 5 ਜੁਲਾਈ ਨੂੰ ਪੂਰਾ 21 ਦਾ ਹੋ ਕੇ 22 ਮੈਨੂੰ ਲੱਗ ਜਾਣਾ। 5 ਜੁਲਾਈ 2000 ਦਾ ਬਰਥ ਆ ਮੇਰਾ, ਅਤੇ ਆਹ 5 ਜੁਲਾਈ ਬਸ ਆਉਣ ਲੱਗੀ ਆ। ਸਨੇਹਾ ਦਾ 6 ਦਸੰਬਰ ਦਾ ਬਰਥਡੇ ਆ, ਅਤੇ ਸਨੇਹਾ ਨੇ 20 ਸਾਲਾਂ ਦੀ ਮਤਲਬ 21 ਦੀ ਇਹਨੇ ਉਦੋਂ ਹੋ ਜਾਣਾ, 20th ਕੰਪਲੀਟ ਹੋ ਜਾਣਾ ਆ ਮੈਨੂੰ, 21st ਲੱਗ ਜਾਣਾ, 21 ਨੂੰ ਲੱਗ ਜਾਣਾ। ਅਤੇ ਹੁਣ ਤੁਹਾਨੂੰ ਦੱਸਦੇ ਹਾਂ ਸਟੱਡੀ ਬਾਰੇ ਆਪਾਂ ਤੁਹਾਨੂੰ ਦੱਸ ਦਈਏ। ਸਟੱਡੀ ਮੈਨੂੰ ਇਹਨਾਂ ਨੇ ਕਰਨ ਹੀ ਨਹੀਂ ਦਿੱਤੀ। ਠੀਕ ਆ, ਸਟੱਡੀ ਮਤਲਬ ਹੈਗੀ ਆ, ਸਨੇਹਾ ਨੇ ਕੀਤੀ ਆ ਪਲੱਸ ਟੂ। ਸੱਚ ਦੱਸਣਾ ਆ, ਪਲੱਸ ਟੂ ਕੀਤੀ ਹੈ, ਮੈਂ ਕੀਤੀ ਹੋਈ ਆ ਪਲੱਸ ਟੂ। ਫਿਰ ਮੈਂ ਲਿੱਤੀ ਸੀ BA 'ਚ ਐਡਮਿਸ਼ਨ, ਪੈਰ ਨਾ ਮਾਰੋ ਮੈਨੂੰ, ਮੈਂ ਲਿੱਤੀ ਸੀ BA 'ਚ ਐਡਮਿਸ਼ਨ। ਫਿਰ ਲੋਕਡਾਊਨ ਹੋ ਗਿਆ, ਪਤਾ ਆ ਜਿੱਦਾਂ ਕਿ ਸਾਰਿਆਂ ਨੂੰ, ਫਿਰ ਕਲਾਸਿਸ ਆਨਲਾਈਨ ਲੱਗਦੀਆਂ ਸੀ ਬਟ ਲਾਈਆਂ ਨਹੀਂ, ਜਦੋਂ ਥੋੜਾ ਜਿਹਾ ਗੈਪ ਪੈ ਗਿਆ। ਫਿਰ ਉਸ ਤੋਂ ਬਾਅਦ ਮੈਂ ਗਗਨ ਨੂੰ ਕਿਹਾ ਹੁਣ ਲੋਕਡਾਊਨ ਖੁੱਲ ਗਿਆ ਆ, ਹੁਣ ਮੈਂ ਕਾਲਜ ਚੱਲ ਜਾਇਆ ਕਰਾਂ, ਤੇ ਇਹਨਾਂ ਨੇ ਕਿਹਾ ਕਿ ਨਹੀਂ ਹੁਣ ਨਹੀਂ ਪੜ੍ਹਨਾ, ਪਰ ਪਤਾ ਨਹੀਂ ਹੈ ਕਿਉਂ ਇਹ ਅੱਗੇ ਆ ਦੱਸਣਗੇ। ਦਸਵੀਂ ਤੋਂ ਬਾਅਦ ਫਿਰ ਮੈਂ ਪਹਿਲਾਂ ITI ਕੀਤੀ ਆ, ITI ਇਲੈਕਟ੍ਰੀਸ਼ਨ ਦੀ ਕੀਤੀ ਹੋਈ ਆ ਮੈਂ। ਤੇ ਪਲੱਸ ਟੂ ਮੈਂ ਕੀਤੀ ਨਹੀਂ ਸੀਗੀ, ਉਹ ਮੈਂ ਓਪਨ 'ਚ ਪੇਪਰ ਦਿੱਤੇ ਸੀਗੇ, ਉਹ ਫਿਰ ਫੇਲ ਹੋ ਗਏ ਸੀ। ਨਹੀਂ ਜੀ, ਓਪਨ ਦੇ ਪੇਪਰ ਮਤਲਬ ਕੀਤੇ ਸੀ ਮੈਂ, ਓਪਨ ਦੇ ਪੇਪਰ ਮੈਂ ਭਰੇ ਸੀਗੇ ਪਰ ਮੈਂ ਉਹ ਕਲੀਅਰ ਪੇਪਰ ਦਿੱਤੇ ਨਹੀਂ ਸੀਗੇ। ਸੋ ਉਸ ਤੋਂ ਬਾਅਦ ਨਾ ਮੇਰਾ ਅੱਜ ਵੀ ਆ ਕਾਲਜ 'ਚ ਅਟੈਂਡੈਂਸ 'ਚ ਮੈਮ ਲੈਂਦੇ ਹੋਊਗੇ, ਬਟ ਮੈਮ ਪ੍ਰੈਜੈਂਟ ਨਹੀਂ ਹੁੰਦੀ ਕਦੀ। ਤੇ ਫਿਰ ਮੈਂ ITI ਕੀਤੀ, ITI ਮੇਰੀ ਕੰਪਲੀਟ ਆ। ਫਿਰ ਉਸ ਤੋਂ ਬਾਅਦ ITI ਮੈਂ ਉਦਾਂ 2020 'ਚ ਕੰਪਲੀਟ ਕਰਦੀ ਸੀਗੀ, ਨਹੀਂ 19 'ਚ ਕੰਪਲੀਟ ਕੀਤੀ ਸੀ। ਫਿਰ ਤੁਹਾਨੂੰ ਪਤਾ 20 'ਚ ਲੋਕਡਾਊਨ ਲੱਗ ਗਿਆ, 1 ਸਾਲ ਤੇ ਚਲੋ ਬੰਦਾ ਸੋਚਦਾ ਹੀ ਹੁੰਦਾ ਕਰੀਏ ਕੀ, ਫਿਰ ਉਹ ਕਰ ਲਿਆ। ਬੰਦਾ ਨਹੀਂ ਸੋਚਦਾ, ਆਪਾਂ ਸੋਚਿਆ ਬੰਦਾ ਕਰ ਲਿਆ। ਚਲੋ ਚਲੋ, ਫਿਰ ਬੰਦਾ ਥੋੜਾ ਸੋਚਦਾ ਹੀ ਹੁੰਦਾ ਕਿ ਹਾਂ ਕੀ ਕਰੀਏ। 1 ਸਾਲ ਬੰਦਾ ਨਹੀਂ, ਇਹ ਨਾਰਮਲੀ ਤੁਹਾਡੇ ਲਈ ਨਹੀਂ ਆ, ਇਸ ਨੂੰ ਸਾਡੇ ਵਰਗੇ ਲਈ ਆ ਜਿਹੜੇ 1 ਸਾਲ ਸੋਚਦੇ ਆ। ਫਿਰ ਉਸ ਤੋਂ ਬਾਅਦ ਤੁਹਾਨੂੰ ਪਤਾ, ਜਦੋਂ ਮੈਨੂੰ ਪਤਾ ਲੱਗਾ ਕਿ ਮੈਂ ਜ਼ਿੰਦਗੀ 'ਚ ਕੁਛ ਕਰਨਾ ਆ, ਫਿਰ ਮੈਂ ਸੋਚਿਆ ਸੀਗਾ ਕਿ ਹਾਂ ਵੀ ਘਰ ਦੇ ਚੱਲ ਕਹਿੰਦੇ ਗਵਰਨਮੈਂਟ ਜੋਬ, ਗਵਰਨਮੈਂਟ ਜੋਬ ਕਰ ਲਾ, ਸਰਕਾਰੀ ਨੌਕਰੀ ਸਰਕਾਰੀ, ਉਹ ਮੈਨੂੰ ਮਿਲ ਜਾਣੀ ਸੀ ਉਦੋਂ। ਲੈਣ ਮੈਨ ਲੱਗ ਜਾਣਾ ਸੀ ਮੈਂ ਕਿਤੇ ITI ਦੇ ਬੇਸ ਤੇ। ਕੀ ਲੱਗ ਜਾਣਾ ਸੀ? ਲੈਣ ਮੈਨ ਗਾਣਾ ਸਾਣਾ, ਤੈਨੂੰ ਰਿਸ਼ਤਾ ਕਰਾਵਾਂ ਬਿੱਲੋ ਸਾਲੀਏ ਨੀ ਮੁੰਡਾ। ਲੈਣ ਮੈਨ ਲੱਗਿਆ, ਲੈਣ ਮੈਨ ਬਿਜਲੀ ਬੋਰਡ 'ਚ ਇੱਕ ਹੁੰਦਾ, ਲੋਕਾਂ ਨੂੰ ਪਤਾ ਹੋਣਾ ਬਿਜਲੀ ਬੋਰਡ ਦੇ ਵਿੱਚ ਡਿਊਟੀ, ਉਹ ਨੌਕਰੀ ਹੁੰਦੀ ਆ, ਤੇ ਉਹ ਲੱਗ ਜਾਣਾ ਸੀ ਵੱਡੀ ਪੋਸਟ। ਜਿਹਦਾ ਨਾਂ ਹੀ ਲੈਣ ਮੈਨ, ਉਹ ਵੱਡੀ ਪੋਸਟ ਕਿੱਦਾਂ ਹੋ ਗਈ ਯਾਰ? ਹੁੰਦੀ ਆ ਬਸ, ਮਤਲਬ ਕਿ ਗਵਰਨਮੈਂਟ ਜੋਬ ਹੁੰਦੀ ਵੀ 25,000 ਸੈਲਰੀ ਹੁੰਦੀ ਆ, ਪਰ ਉਹ ਫਿਰ ਮੈਂ ਕੀਤੀ ਨਹੀਂ, ਮੇਰਾ ਸ਼ੁਰੂ ਤੋਂ ਹੈ ਨਹੀਂ ਸੀਗਾ ਕਿ ਮਤਲਬ ਬਾਹਰ ਦਾ ਹੀ ਸੀਗਾ ਉਹ। ਹੁਣ ਆਪਣਾ ਰੱਬ ਦੀ ਕਿਰਪਾ ਨਾਲ ਮਤਲਬ ਵਧੀਆ ਚੱਲੀ ਜਾਂਦਾ ਆਪਣਾ ਸਾਰਾ ਕੁਛ, ਸੋ ਫਿਰ ਆਪਾਂ ਉਦੋਂ ਦੇਖਿਆ ਨਹੀਂ ਬਾਹਰ ਵਾਲਾ। ਹੁਣ ਵੀ ਹਜੇ ਆਪਣਾ ਕੋਈ ਇਰਾਦਾ ਹੈ ਨਹੀਂ ਗਾ, ਬਾਕੀ ਜੇ ਬਾਹਰ ਜਾਣ ਦਾ ਬਾਕੀ ਕੋਈ ਨਹੀਂ, ਦੇਖਾਂਗੇ ਜੇ ਬਣਦਾ ਹੋਇਆ ਤੇ ਚੱਲ ਜੂਗਾ, ਨਹੀਂ ਤਾਂ ਇੱਥੇ ਹੀ ਸਹੀ ਆ। ਉਦਾਂ ਇੱਥੇ ਆਪਣਾ ਵਧੀਆ ਇਸ ਟਾਈਮ
ਤੁਹਾਡੇ ਸਾਰੇ ਦੀ ਸਪੋਰਟ ਨਾਲ ਚੱਲੀ ਜਾਂਦਾ ਪਰ ਆ ਸਾਨੂੰ ਪਤਾ ਯੂਟਿਊਬ ਸਾਰੀ ਉਮਰ ਵਾਸਤੇ ਤੁਹਾਡੇ ਲਈ ਇੱਕ ਹੋਰ ਕੁਐਸਚਨ ਸੀਗਾ ਕਿ ਸਨੇਹਾ ਨੇ ਆਇਲਸ ਕੀਤੀ ਆ ਤੁਸੀਂ ਬਾਹਰ ਜਾਣਾ ਆ ਕੀ ਹਿਸਾਬ ਆ ਮੈਂ ਆਇਲਸ ਕੀਤੀ ਆ ਮੇਰੇ ਬੈਂਡ ਵੀ ਆਏ ਹੋਏ ਆ ਬਟ ਆਪਾਂ ਬਾਹਰ ਮੈਂ ਬਾਹਰ ਤਾਂ ਨਹੀਂ ਗਈ ਕਿਉਂਕਿ ਫਿਰ ਉਹ ਸੇਮ ਚੀਜ਼ ਇਹਨਾਂ ਨੇ ਮੈਨੂੰ ਬਾਹਰ ਨਹੀਂ ਭੇਜਿਆ ਇਹ ਨਹੀਂ ਚਾਹੁੰਦੇ ਮੈਂ ਬਾਹਰ ਜਾਵਾਂ ਕੀ ਸੀਗਾ ਮੈਨੇ ਆਇਲਸ ਵੀ ਕੀਤੀ ਹੋਈ ਆ ਉਹ ਤਾਂ ਦੱਸਿਆ ਨਾ ਸ਼ੁਰੂ ਸ਼ੁਰੂ 'ਚ ਆਪਣਾ ਸੀਗਾ ਕਿ ਹਾਂ ਵੀ ਆਪਾਂ ਜਾਈਏ ਬਾਹਰ ਸ਼ੁਰੂ ਸ਼ੁਰੂ 'ਚ ਸਾਡਾ ਘਰੇ ਗੱਲ ਕਰਨ ਦਾ ਬੇਸ ਹੀ ਆ ਸੀਗਾ ਕਿ ਜਦੋਂ ਸਾਡਾ ਵੀਜ਼ਾ ਵਗੈਰਾ ਲੱਗ ਗਿਆ ਕਿਸੇ ਦੋਨਾਂ ਵਿੱਚੋਂ ਕਿਸੇ ਇੱਕ ਦਾ ਕੰਮ ਬਣ ਗਿਆ ਫਿਰ ਆਪਾਂ ਉਦੋਂ ਘਰੇ ਦੱਸਾਂਗੇ ਬਟ ਜਦੋਂ ਮੈਂ ਦੱਸਤਾ ਘਰੇ ਰੋਕਾ ਹੋ ਗਿਆ ਉਸ ਤੋਂ ਬਾਅਦ ਇਹ ਥੋੜਾ ਮਤਲਬ ਨਾ ਉਹ ਹੋ ਗਏ ਆ ਬੜੇ ਜ਼ਿਆਦਾ ਕੌਨਫੀਡੈਂਸ ਹੋ ਗਏ ਤੇ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਮਨਾ ਕਰਤਾ ਕਿ ਮੈਂ ਹੁਣ ਤੈਨੂੰ ਬਾਹਰ ਨਹੀਂ ਭੇਜਣਾ ਮੈਂ ਜੋ ਚਾਹੁੰਦਾ ਸੀ ਉਹ ਹੋ ਗਿਆ ਆ ਹੁਣ ਮੈਂ ਤੈਨੂੰ ਬਾਹਰ ਨਹੀਂ ਭੇਜਣਾ ਕਿੱਦਾਂ ਸੀਗਾ ਮਤਲਬ ਕਿ ਆਪਣਾ ਮਤਲਬ ਸ਼ੁਰੂ ਸ਼ੁਰੂ 'ਚ ਪਹਿਲਾਂ ਸੀਗਾ ਮੈਨੂੰ ਬਹੁਤ ਜ਼ਿਆਦਾ ਸੀਗਾ ਤੁਸੀਂ ਮੇਰੀਆਂ ਪੁਰਾਣੀਆਂ ਟਿਕਟੋਕ ਵੀਡੀਓਸ ਦੇਖੀਆਂ ਹੋਣੀਆਂ ਨਾ ਕਿ ਕੈਨੇਡਾ ਜਾਣਾ ਕੈਨੇਡਾ ਜਾਣਾ ਉਦੋਂ ਮੇਰਾ ਬਹੁਤ ਸੀਗਾ ਫਿਰ ਲੋਕਡਾਊਨ ਲੱਗ ਗਿਆ ਫਿਰ ਲੋਕਡਾਊਨ ਜਦੋਂ ਥੋੜ੍ਹਾ ਜਿਹਾ ਚੱਲਿਆ ਫਿਰ ਮੈਨੂੰ ਇਹ ਮਿਲ ਗਈ ਉਦੋਂ ਵੀ ਸੀਗਾ ਮਤਲਬ ਕਿ ਹਾਂ ਵੀ ਆਪਾਂ ਬਾਹਰ ਜਾਵਾਂਗੇ ਪਰ ਉਸ ਤੋਂ ਬਾਅਦ ਸਾਡਾ ਰੋਕੇ ਤੋਂ ਇੱਕ ਦਿਨ ਪਹਿਲਾਂ ਤੱਕ ਸੀਗਾ ਕਿ ਮੈਂ ਬਾਹਰ ਜਾਊਂਗੀ ਬਸ ਰੋਕਾ ਹੋਣ ਤੋਂ ਬਾਅਦ ਹੀ ਕੁਛ ਇਦਾਂ ਦਾ ਹੋਊਗਾ ਆਈ ਸੋਚਦੇ ਕਿ ਸਪਾਊਸ ਵੀਜ਼ਾ ਆਪਾਂ ਟਰਾਈ ਕਰਾਂਗੇ ਕਿ ਜੇ ਮੇਰੇ ਮਤਲਬ ਮੈਂ ਵੀ ਆਇਲਸ ਦੋ ਦਿਨ ਨਾਲ ਕੀਤੀ ਤੁਸੀਂ ਮੇਰੀਆਂ ਟੈਸਟਾਂ ਵਾਲੀਆਂ ਵੀ ਮਤਲਬ ਮੈਂ ਸਟੱਡੀ ਬੇਸ ਤੇ ਜਾਣਾ ਸੀ ਫਿਰ ਸੋਚਿਆ ਸੀ ਕਿ ਕੋਈ ਨਾ ਇਹਨਾਂ ਨੂੰ ਵੀ ਮਤਲਬ ਆ ਜੂਗੇ ਜਾਂ ਫਿਰ ਬੁਲਾਵਾਂਗੇ ਕੁਛ ਕਰਾਂਗੇ ਮਤਲਬ ਬਾਹਰ ਸੈੱਟ ਹੋਣ ਦਾ ਪੂਰਾ ਪੂਰਾ ਪਲਾਨ ਸੀਗਾ ਉਹ ਤੋਂ ਹੀ ਮਤਲਬ ਮੈਂ ਨਹੀਂ ਹੈਗਾ ਆਇਲਸ ਕੀਤੀ ਸੀਗੀ ਦੋ ਵਾਰੀ ਮੈਂ ਦਿੱਤਾ ਮੇਰੇ 5.5 ਹੀ ਬੈਂਡ ਆਏ ਬਣਦਾ ਸੀ ਮੇਰਾ ਵੀ ਪਰ ਉਹ ਘੱਟ ਬੈਂਡਰ ਉੱਤੇ ਫਿਰ ਸਿਟੀ ਵੀ ਉਹੋ ਜਿਹੀ ਲੱਭਦੀ ਸੀਗੀ ਫਿਰ ਆਪਾਂ ਟਰਾਈ ਫਿਰ ਇਹਨੂੰ ਛੱਡ ਕੇ ਜਾਂਦਾ ਮੇਰਾ ਦਿਲ ਹੈ ਨਹੀਂ ਸੀਗਾ ਕੱਲੀ ਨੂੰ ਭੇਜ ਕੇ ਵੀ ਮੇਰਾ ਦਿਲ ਹੈ ਨਹੀਂ ਸੀ ਕੱਲਾ ਨਾ ਇਹ ਜਾ ਸਕਦੇ ਆ ਨਾ ਇਹ ਮੈਨੂੰ ਭੇਜ ਸਕਦੇ ਆ ਕਿਉਂਕਿ ਅਸੀਂ ਆਸਟ੍ਰੇਲੀਆ ਦਾ ਲਾਉਂਦੇ ਤਾਂ ਫਿਰ ਵੀ ਇਕੱਠੇ ਜਾ ਸਕਦੇ ਇੰਗਲੈਂਡ ਵੀ ਜਾ ਸਕਦੇ ਸੀਗੇ ਪਰ ਆਪਾਂ ਜਾਣਾ ਹੀ ਕੈਨੇਡਾ ਵਾ ਕੈਨੇਡਾ ਫਿਰ ਉੱਥੇ ਕਹਿੰਦੇ 6 ਮਹੀਨੇ ਬਾਅਦ ਮੈਂ ਇਹਨੂੰ ਨਹੀਂ ਭੇਜਣਾ ਸੀਗਾ ਫਿਰ ਉਸ ਤੋਂ ਬਾਅਦ ਹੁਣ ਆਪਾਂ ਸੋਚਿਆ ਬਹੁਤ ਲੋਕਾਂ ਨੇ ਇਹੀ ਕਿਹਾ ਤੁਸੀਂ ਕੈਨੇਡਾ ਕਰਕੇ ਕਰਾਇਆ ਆ ਸ਼ਾਇਦ ਤੁਸੀਂ ਦੋਨਾਂ ਨੇ ਜਾਣਾ ਆ ਤੇ ਬੈਂਡ ਅੱਜ ਵੀ ਆਏ ਹੋਏ ਆ ਮੈਨੂੰ ਲੱਗਦਾ ਆ ਮੇਰਾ ਜਿਹੜਾ TRF ਹੋਏ ਕਿਸੇ ਦਿਨ ਫਾੜ ਦੂਗੇ ਜੇ ਮੈਂ ਕਦੀ ਦੁਬਾਰਾ ਗੱਲ ਕਰੂੰਗੀ ਬਾਹਰ ਜਾਣ ਦੀ ਹਾਂ ਵੀ ਆਡੀ ਹੁਣ ਸਾਡਾ ਵਧੀਆ ਚੱਲਣ ਡਿਆ ਸਾਡਾ ਹੁਣ ਪਲੈਨਿੰਗ ਆਹੀ ਆ ਜੇ ਜਾਵਾਂਗੇ ਤਾਂ ਇਕੱਠੇ ਜਾਵਾਂਗੇ ਨਹੀਂ ਤਾਂ ਮੈਨੂੰ ਨਹੀਂ ਭੇਜੂਗੇ YouTube ਦਾ ਹਜੇ ਚੱਲੀ ਜਾਂਦਾ ਮਤਲਬ ਆਪਣਾ ਵਧੀਆ ਹੋਣ ਡਿਆ ਆ ਤੇ ਇਹਦੀ ਆਪਾਂ ਸੇਵਿੰਗ ਕਰਦੇ ਪਏ ਆ ਜਿੰਨੇ ਕੁ ਮਤਲਬ ਕਿ ਹਾਂ ਵੀ ਅੱਜ ਤੋਂ 5 ਸਾਲ ਜਦੋਂ ਵੀ ਆਪਣਾ ਮਤਲਬ ਉਹ ਕਹਿੰਦੇ ਆ ਨਾ ਜਿੱਥੇ ਮਾਲਕ ਰੱਖਦਾ ਉੱਥੇ ਰਹਿਣਾ ਹੀ ਪੈਂਦਾ ਜਦੋਂ ਸਾਡੀ ਕਿਸਮਤ 'ਚ ਜਾਣਾ ਇੱਥੇ ਵਧੀਆ ਆ ਸਭ ਕੁਛ ਸਾਨੂੰ ਹੈ ਨਹੀਂ ਇਦਾਂ ਕਿ ਬਾਹਰ ਜਾਣਾ ਕੋਈ ਚੱਕਰ ਹੈ ਨਹੀਂ ਮਤਲਬ ਕਿ ਹਾਂ ਸਾਡੀ ਫੈਮਿਲੀ ਉਹਦੇ ਸ਼ੌਂਕ ਨੂੰ ਜਾਣਾ ਸੀ ਉਹਦੇ ਸ਼ੌਂਕ ਸੀਗਾ ਬਾਹਰ ਜਾਣ ਦਾ ਬਸ ਹਾਂ ਸ਼ੌਂਕ ਨੂੰ ਜਾਣਾ ਹੈ ਕਿ ਮਤਲਬ ਆ ਨਹੀਂ ਕਿ ਆਪਾਂ ਕੰਮ ਲੱਭਣ ਹੀ ਜਾਣਾ ਸੀਗਾ ਕਿ ਕੰਮ ਕਰਕੇ ਬਾਕੀ ਸ਼ੌਂਕ ਸੀਗਾ ਘੁੰਮਣ ਦਾ ਹਜੇ ਵੀ ਹੈਗਾ ਵਾ ਕਰਾਂਗੇ ਪੂਰਾ ਬਸ ਥੋੜਾ ਮਤਲਬ ਵਿਆਹ ਕਰਾਉਣ ਤੋਂ ਬਾਅਦ ਫਿਰ ਆਪਾਂ ਘੁੰਮਣ ਜਾਇਆ ਕਰਾਂਗੇ ਹਰ ਜਗ੍ਹਾ ਟਰਾਈ ਕਰਾਂਗੇ ਆਪਾਂ ਇੱਕ ਵਾਰੀ ਜੇ ਮਿਲਾ ਮਤਲਬ ਕਿ ਆਪਾਂ ਛੋਟੀ ਕੰਟਰੀ ਉਹ ਟਰਾਈ ਕਰਾਂਗੇ ਐ ਨਹੀਂ ਕਿ ਸਿੱਧਾ ਵੱਡੀ ਛਾਲ ਮਾਰ ਕੇ ਰਿਫਿਊਜ਼ਲ ਲਵਾ ਲੈਣੀ ਆਪਾਂ ਛੋਟੀ ਕੰਟਰੀ ਕਿੰਨਾ ਇਹਨਾਂ ਨੂੰ ਕੰਫੀਡੈਂਸ ਆਪਣੇ ਆਪ ਦੇ ਕਿ ਮੈਂ ਵੱਡੀ ਛਾਲ ਮਾਰ ਕੇ ਰਿਫਿਊਜ਼ਲ ਹੀ ਲਵਾਉਂਗਾ ਕਹਿੰਦੇ ਯਾਰ ਐਵੇਂ ਸ਼ਕਲ ਹੋਏ ਨਾ ਤਾਂ ਐਵੇਂ ਆਪਾਂ ਕਰੀ ਜਾਈਏ ਇਹਦਾ ਲੱਗ ਸਕਦਾ ਉਹ ਮੇਰਾ ਤਾਂ ਨਹੀਂ ਹਜੇ ਬਣਦਾ ਨਹੀਂ ਜਦੋਂ ਉਦੋਂ ਤੱਕ ਮੇਰਾ ਹਾਲੇ ਬੈਂਡ ਆਏ ਹੋਏ ਆ ਮੇਰੇ ਬਟ ਉਦੋਂ ਤੱਕ ਮੇਰਾ TRF ਐਕਸਪਾਇਰ ਹੋ ਜਾਣਾ ਆ ਜਦੋਂ ਤੱਕ ਆਪਾਂ ਫਾਈਲ ਲਾਉਣੀ ਆ ਆਪਾਂ ਘੁੰਮਿਆ ਕਰਨਾ ਆ ਫਿਰ ਆਪਾਂ ਦੇਖਾਂਗੇ ਥੋੜਾ ਘੁੰਮ ਫਿਰ ਕੇ ਇੰਜੋਏ ਕਰਕੇ ਕਿ ਆਪਾਂ ਹੁਣ ਕੀ ਕਰੀਏ ਬਾਹਰ ਜਾਈਏ ਨਹੀਂ ਸੇਵਿੰਗ ਰਹਿਣ ਨਹੀਂ ਦੇਣੀ ਜਿੱਦਾਂ ਇਹਨੇ ਕਿਹਾ ਆਪਾਂ ਘੁੰਮਿਆ ਕਰਨਾ ਨਹੀਂ ਘੁੰਮਿਆ ਕਰਨਾ ਵਾ ਸ਼ਿਮਲੇ ਰਾਜਸਥਾਨ ਅੱਜ ਦੱਸੂਗੇ ਵਲੌਗ ਤੇ ਮੈਨੂੰ ਕਿੱਥੇ ਕਿੱਥੇ ਘੁੰਮਣਾ ਹੈ ਇਹਨਾਂ ਨੇ ਤੁਸੀਂ ਮੁਕਰ ਨਹੀਂ ਸਕਦੇ ਫਿਰ ਤੁਸੀਂ ਫਿਰ ਜੇ ਅੱਜ ਦੱਸੂਗੇ ਫਿਰ ਤੁਸੀਂ ਉਹਦਾ ਵਲੌਗ ਮੰਗੋਗੇ ਤਾਂ ਇਹ ਬਣਾਉਗੇ ਜਾ ਕੇ ਨਹੀਂ ਤਾਂ ਇਹਨਾਂ ਨੇ ਨਹੀਂ ਬਣਾਉਣਾ ਹੈਗਾ ਫਿਰ ਮੈਨੂੰ ਦੱਸੋ ਕਿੱਥੇ ਕਿੱਥੇ ਲੈ ਕੇ ਜਾਣਾ ਇਹਨੇ ਇਹ ਮੈਨੂੰ ਇਹਨੇ ਜ਼ਿਆਦਾ ਮੈਨੂੰ ਕਿਹਾ ਕਿ ਮਾਲਦੀਵ ਜਾਣਾ ਠੀਕ ਆ ਮੇਰਾ ਸੀਗਾ ਬਾਲੀ ਦਾ ਕਿ ਬਾਲੀ ਦੋਨੋਂ ਹੀ ਗਿਆ ਆ ਗਨੂ ਮੈਂ ਤਾਂ ਇੱਕ ਵਾਰ ਇੱਕ ਇੱਕ ਦੱਸਣ ਨੇ ਨਾ ਇਹਨੇ ਕਿਹਾ ਮੈਂ ਕਿਹਾ ਬਾਲੀ ਇਹਨੇ ਕਿਹਾ ਮਾਲਦੀਵ ਹੁਣ ਮਾਲਦੀਵ ਦਾ ਵੀ ਮੈਂ ਬਜਟ ਚੈੱਕ ਕੀਤਾ ਸੀ ਘੱਟੋ ਘੱਟ ਹਾਏ ਮੈਂ ਕੱਲ ਪਰਸੋਂ ਚੈੱਕ ਕਰ ਗਿਆ ਪਹਿਲੀ ਗੱਲ ਤਾਂ ਉਹਨਾਂ ਨੇ ਇੰਡੀਆ ਦਾ ਬੰਦ ਕਰਤਾ ਵਾ ਪਤਾ ਨਹੀਂ ਕਰੋਨਾ ਕਰਕੇ ਕੀਤਾ ਆ ਇਹ ਨਹੀਂ ਹੁਣ ਪਤਾ ਬਸ ਉਹਨਾਂ ਨੇ ਕਿਹਾ ਇੰਡੀਅਨ ਸਿਟੀਜ਼ਨਸ ਬੈਨ ਇਨ ਮਾਲਦੀਵਸ ਠੀਕ ਆ ਇਹ ਕਰੋਨਾ ਸ਼ਾਇਦ ਮੈਂ ਆਣਾ ਆ ਤਾਂ ਸ਼ਾਇਦ ਕਰੋਨਾ ਕਰਕੇ ਯਾ ਹੋ ਜਾਊਗਾ ਮਾਲਦੀਵ ਦਾ ਬਜਟ ਹੈਗਾ ਵਾ ਸ਼ਾਇਦ ਇਹਨਾਂ ਦਾ ਖੌਫ ਹੈ ਘੱਟੋ ਘੱਟ 5 ਲੱਖ ਰੁਪਏ ਦਾ ਠੀਕ ਆ ਆਪਣੀ ਟਿਕਟਾਂ ਹੋਣ ਨਹੀਂ ਨਹੀਂ ਯਾਰ ਮੈਂ ਕੱਲ ਚੈੱਕ ਕੀਤਾ ਉੱਥੇ ਇੱਕ ਦਿਨ ਦਾ ਰੂਮ ਹੈਗਾ 70,000 ਰੁਪਏ ਗੰਨੂ ਲੱਖ 1.5 ਲੱਖ ਦਾ ਸਾਰਾ ਬਜਟ ਆ ਤਿੰਨ ਦਿਨਾਂ ਦਾ ਇੱਕ ਦਿਨ ਦਾ ਰੂਮ ਹੈਗਾ 70,000 ਰੁਪਏ ਰੈਂਟ ਸਭ ਤੋਂ ਸਸਤਾ ਰੂਮ ਹੈਗਾ 30,000 ਰੁਪਏ ਦਾ ਜਿਹਦੇ ਵਿੱਚ ਕੋਈ ਪੂਲ ਨਹੀਂ ਹੋਊਗਾ ਠੀਕ ਆ ਜਿਹੜਾ ਥੋੜਾ ਨਾਰਮਲ ਹੈ ਜਿਹਦੇ ਵਿੱਚ ਕਿ ਹਾਂ ਵੀ ਮਾਲਦੀਵ ਹੈ ਤੇ ਉਹ 70,000 ਵਾਲਾ ਵਾ ਉਹਦਾ ਮਹਿੰਗੇ ਤੋਂ ਮਹਿੰਗਾ 2.5 ਲੱਖ ਪਰ ਡੇ ਵਾਲਾ ਰੂਮ ਵੀ ਉੱਥੇ ਉਹ ਲੈਣਾ ਮੈਂ ਉਹ ਆਪਾਂ ਨਹੀਂ ਕਰ ਸਕਦੇ ਉਹ ਆਪਾਂ ਨਹੀਂ ਕਰ ਸਕਦੇ ਆਪਾਂ ਉਹ ਨਹੀਂ ਕਰ ਸਕਦੇ ਉਹ ਆਪਾਂ ਫੋਰਡ ਨਹੀਂ ਕਰ ਸਕਦੇ 2.5 ਲੱਖ ਰੁਪਏ ਦੇ ਵਿੱਚ ਬੰਦਾ ਘੱਟੋ ਘੱਟ 2,500 ਵਾਰ ਸ਼ਿਮਲੇ ਘੁੰਮਦਾ
ਉਹਦਾ ਆਪਾਂ ਤੁਹਾਨੂੰ ਵਲੌਗ ਨਹੀਂ ਦੇ ਸਕਦੇ ਕਿਉਂਕਿ ਉਹ ਆਪਾਂ ਅਫੋਰਡ ਨਹੀਂ ਕਰ ਸਕਦੇ। ਸੋ ਬਾਕੀ ਦੇਖਾਂਗੇ ਜਿੱਥੇ ਸਾਡਾ ਦਾਣਾ ਪਾਣੀ ਹੋਊਗਾ ਆਪਾਂ ਉੱਥੇ ਜ਼ਰੂਰ ਜਾਵਾਂਗੇ। ਦਾਣਾ ਪਾਣੀ ਹੋਊ ਨਾ ਹੋਊ ਮਾਲਦੀਵ, ਫਿਰ ਆਪਾਂ ਹੁਣ ਤੁਹਾਨੂੰ ਮੇਨ ਕਾਫੀ ਦੱਸਤਾ ਆਪਾਂ ਹੋਰ ਕਿੱਥੇ ਲੈ ਕੇ ਜਾਣਾ ਇੱਕ ਮਾਲਦੀਵ ਮੇਨ, ਮਤਲਬ ਕਿ ਇਹ ਆਪਾਂ ਗਲਤ ਪਾਸੇ ਤੁਰ ਗਏ ਨਾ, ਆਪਾਂ ਕਿਉਂ ਇਹਨੇ ਬਣਾ ਰਹੇ ਹਾਂ, ਕਿਉਂ ਇਹਨੇ ਘੁੱਗੀ ਬਣਾ ਰਹੇ ਹਾਂ ਬਾਲੀ ਜਾ ਲੈ ਕੇ ਜਾਣਾ, ਫਿਰ ਮੈਨੂੰ ਕਹਿਣਾ ਘੁੱਗੀ ਕਿਉਂ ਬਾਲੀ ਲੈ ਕੇ ਜਾਣਾ, ਆਹੋ ਜਾਵਾਂਗੇ ਬਾਲੀ ਵੀ ਲੈ ਕੇ ਜਾਣਾ ਇਹਨਾਂ ਨੇ। ਹੁਣ ਤੁਸੀਂ ਸਾਰਿਆਂ ਨੇ ਕਮੈਂਟਾਂ 'ਚ ਆਹ ਮਾਲਦੀਵ ਤੇ ਬਾਲੀ ਦਾ ਵਲੌਗ ਮੰਗਣਾ ਹੈ। ਚਲੋ ਤੁਸੀਂ ਸਾਰੇ ਜਣੇ ਕਮੈਂਟ ਕਰਕੇ ਦੱਸਣਾ ਮਾਲੀ ਮਾਲੀ ਬਾਲੀ ਕੀ ਮਾਲਦੀਵ, ਇਹ ਤੁਸੀਂ ਸਾਰੇ ਜਣੇ ਮਤਲਬ ਕਿ ਕਈਆਂ ਨੂੰ ਤਾਂ ਪਤਾ ਨਹੀਂ ਹੋਣਾ ਬਾਲੀ ਬਾਰੇ, ਮਾਲਦੀਵ ਦਾ ਸਾਰਿਆਂ ਨੂੰ ਪਤਾ ਹੋਊਗਾ, ਤੇ ਤੁਸੀਂ ਸਰਚ ਕਰਕੇ ਦੱਸਿਓ ਕਿ ਤੁਹਾਨੂੰ ਕਿਹੜਾ ਵਧੀਆ ਲੱਗਾ, ਫਿਰ ਕਮੈਂਟ ਹੈ ਸਾਰੇ ਜਣੇ ਦੱਸਿਓ। ਹੁਣ ਆਪਾਂ ਕਿਊ ਐਨ ਏ ਵਾਲੀ ਫਿਰ ਹੁੰਦੇ ਹਾਂ, ਆਪਾਂ ਟੋਪਿਕ ਤੋਂ ਥੋੜਾ ਉਤਰ ਗਏ ਸੀਗੇ ਆਫ ਟੌਪਿਕ ਮੇਨ, ਜਿਹੜਾ ਕਿ ਸਾਰੇ ਕਹਿੰਦੇ ਕਿ ਸਨੇਹ ਨੇ ਆਇਲਸ ਕੀਤੀ ਬਾਹਰ ਕਿਉਂ ਨਹੀਂ ਗਏ, ਇੱਕ ਰੀਜ਼ਨ ਲੌਕਡਾਊਨ, ਦੂਸਰਾ ਰੀਜ਼ਨ ਮੇਰਾ ਦਿਲ ਨਹੀਂ ਸੀ, ਤੀਸਰਾ ਨਹੀਂ ਵੀ ਹੁੰਦਾ ਤੇ ਨਹੀਂ ਜਾਣ ਦੇਣਾ ਸੀ ਇਹਨਾਂ ਨੇ। ਆਹੋ ਮੈਂ ਲੌਕਡਾਊਨ ਦਾ ਤਾਂ ਬਹਾਨਾ ਬਣ ਗਿਆ ਤੇ ਬਸ ਦੋ ਹੀ ਰੀਜ਼ਨ ਆ ਗਈ ਹਾਂ ਵੀ ਇਕੱਲੇ ਨੂੰ ਨਹੀਂ, ਬਾਕੀ ਦੇਖਾਂਗੇ ਅੱਗੇ ਕੀ ਆਪਣਾ ਬਣਦਾ ਵਾ। ਸੋ ਸ਼ਾਇਦ ਅੱਗੇ ਮੈਂ ਇਕੱਲੀ ਜਾਵਾਂ ਵਿਆਹ ਦਾ, ਹੁਣ ਤੁਹਾਨੂੰ ਦੱਸ ਦਈਏ ਸਾਰੇ ਜਣੇ ਪੁੱਛਦੇ ਵਿਆਹ ਕਦੋਂ ਕਰਾਉਣਾ, ਵਿਆਹ ਤੋਂ ਬਾਅਦ ਮੈਂ ਇਕੱਲੀ ਜਾਵਾਂ, ਨਹੀਂ ਵਿਆਹ ਦਾ ਸਾਰੇ ਜਣੇ ਪੁੱਛਦੇ ਮੈਂ ਨਹੀਂ ਜਾਊਂਗੀ ਇਕੱਲੀ, ਵਿਆਹ ਮੈਂ ਉਹਨਾਂ ਨੂੰ ਕਿਹਾ ਉਹਨਾਂ ਨੂੰ ਮੈਂ ਸ਼ਾਇਦ ਇਕੱਲੀ ਜਾਵਾਂ ਦਾ, ਤੁਸੀਂ ਹਿਸਾਬ ਲਾ ਲਓ ਵਿਆਹ ਕਦੀ ਵੀ ਹੋ ਸਕਦਾ ਕਦੀ ਵੀ ਨਹੀਂ, ਇੱਕ ਐਸਟੀਮੇਟ ਤੁਹਾਨੂੰ ਦੱਸ ਦਿੰਦੇ ਆ, ਇਹ 2021 ਹੈ ਨਾ 2022 ਆ ਸਾਲ ਦੇ ਐਂਡ ਤੱਕ ਤੁਹਾਨੂੰ ਵਿਆਹ ਦਾ ਵਲੌਗ ਮਿਲ ਜੂਗਾ, ਸਾਲ ਦੇ ਐਂਡ ਤੱਕ ਆਪਾਂ ਤੁਹਾਨੂੰ ਵਿਆਹ ਦਾ ਵਲੌਗ ਦੇ ਦੇਵਾਂਗੇ, ਵਿਆਹ ਦਾ ਵਲੌਗ ਕਿੰਨੇ ਮਾਡਰਨ ਹੋ ਗਿਆ ਸੀਗਾ, ਵਿਆਹ ਦਾ ਵਲੌਗ ਲੋਕੀ ਵਿਆਹ ਦੀ ਐਲਬਮ ਬਣਾਉਂਦੇ ਆ, ਲੋੜ ਨੇ ਐਵੇਂ ਖਰਚਾ ਕਰੀ ਜਾਣਾ, ਆਏ ਵਲੌਗ ਨੇ ਸਾਨੂੰ ਸਗੋਂ ਪੈਸੇ ਵੀ ਦੇਣੇ ਆ ਤੇ ਐਲਬਮ ਤੇ ਅਸੀਂ ਸਗੋਂ ਪੈਸੇ ਲਾਉਣੇ ਆ। ਇੱਕ ਯਾਰ ਹੁੰਦੀ ਆ ਯਾਰ, ਪੈਸੇ ਦੇ ਪਿੱਛੇ ਮਰ ਜੱਲੇ ਆ, ਯਾਦ ਹੀ ਆ ਯਾਦ ਹੀ ਆ, ਇਹਨੂੰ ਪੈਸੇ ਦੀ ਕਦਰ ਨਹੀਂ ਹੈਗੀ ਹਜੇ, ਇਹ ਬੰਦਾ ਲੈ ਲਾਲਚੀ ਆ, ਮੈਨੂੰ ਲਾਲਚੀ ਦੱਸਦੀ ਦੇਖ ਲਿਆ ਕਰੋ ਯਾਰ, ਐਡਾ ਉੱਡਾ ਨਾ ਸਕਿਪ ਕਰਿਆ ਕਰੋ, ਵਿਚਾਰੇ ਰੋਂਦੇ ਰਹਿੰਦੇ ਆ। ਹੋਰ ਕੀ ਕਹਿਣਾ ਸੀ ਤੁਹਾਨੂੰ, ਆ ਗਾਂ ਪਾ ਮਾਲਦੀਵਸ ਵੀ ਜਾਣਾ, ਸਾਰੇ ਜਣੇ ਕਹਿੰਦੇ ਆ ਤੁਸੀਂ ਕੀ ਕੰਮ ਕਰਦੇ ਆ, ਤੁਸੀਂ ਕਿੱਥੋਂ ਮਨੀ ਇਦਾਂ, ਤੁਸੀਂ ਘਰੋਂ ਲੈਨੇ ਆ ਇਦਾਂ ਉਦਾਂ, ਇਹਨਾਂ ਨੂੰ ਸਾਨੇ ਖਰਚੇ ਕਦੋਂ ਦੇਖਿਆ, ਇਹਨਾਂ ਨੇ ਖਰਚਾ ਕਰਦੇ ਜਿਹੜੇ ਮਨੀ ਦਾ ਪੁੱਛਦੇ ਆ, ਖੁੱਲਾ ਖਰਚਾ ਕਰਦੇ, ਖੁੱਲਾ ਐਣ ਆਉਂਦਾ ਜੱਟ ਐ ਚੋਕਲੇਟ ਨੀ ਲਿਆ ਕੇ ਦਿੱਤੀ, ਮੈਂ ਕੁਛ ਮੰਗਦੀ ਓ ਨੀ, ਇਹਨਾਂ ਨੇ ਮੇਰੇ ਕੋ ਏਅਰਪੋਰਟਸ ਲੈ ਕੇ ਦਿੱਤੇ, ਆਹ ਦੇਖ ਲੋ ਉਹਨਾਂ ਨੂੰ ਗਿਣਦੀ ਕੁਛ ਨੀ ਆ ਚੀਜ਼ਾਂ ਨੂੰ, ਉਹ ਤੇ ਕੁਛ ਵੀ ਨੀ ਆ। ਫਿਰ ਹੁਣ ਆਪਾਂ ਤੁਹਾਨੂੰ ਖੁੱਲਾ ਖਰਚਾ ਕਰਦੇ ਮੈਂ ਤੇ ਫਿਰ ਹੁਣ ਆਪਾਂ ਤੁਹਾਨੂੰ ਦੱਸਦੇ ਆ ਕਿ ਇਨਕਮ ਦਾ ਕਿੱਦਾਂ ਕਿੱਦਾਂ, ਹਾਂਜੀ ਐਨਕ ਲੱਭੀ ਨੇ, ਹੁਣ ਤੁਹਾਨੂੰ ਇਨਕਮ ਦਾ ਦੱਸਦੇ ਆ, ਮਤਲਬ ਤੁਸੀਂ ਕੀ ਕਰਦੇ, ਮੈਂ ਘਰੋਂ ਤੇ ਪੈਸੇ ਲੈਣੇ ਆ ਤੋਂ ਸਾਲ ਡੇਢ ਸਾਲ ਪਹਿਲਾਂ ਹੀ ਬੰਦ ਕਰਤੇ ਸੀ, ਦਿੰਦੇ ਹੀ ਨਹੀਂ ਸੀਗੇ, ਇਦਾਂ ਕਹੋ ਬੰਦ ਆਹ ਦਿੰਦੇ ਵੀ ਸੀਗੇ ਸੀਗਾ, ਪਰ ਫਿਰ ਵੀ ਮੈਂ ਉਹਦੇ ਤੋਂ ਬੰਦ, ਮਤਲਬ ਕਿ ਪਹਿਲਾਂ ਆਪਾਂ ਇੰਸਟਾ ਦੀਆਂ ਪ੍ਰਮੋਸ਼ਨਾਂ ਹੈ ਨਾ ਵੀ ਉੱਥੋਂ ਆਪਣਾ ਚੱਲ ਪਿਆ, ਸਨੈਪਚੈਟ ਦੀ ਪ੍ਰਮੋਸ਼ਨਸ ਵਗੈਰਾ ਆ ਜਾਂਦੀਆਂ, ਫਿਰ ਹੁਣ ਆਪਣਾ ਯੂਟਿਊਬ ਦਾ ਵਧੀਆ ਚੱਲੀ ਜਾਂਦਾ ਤੇ ਯੂਟਿਊਬ ਤੇ ਇਨਕਮ ਆਉਂਦੀ ਆ, ਸੈਲਰੀ ਆਉਂਦੀ ਹਰ ਮੰਥ, ਉਹਦੀ ਤੁਹਾਨੂੰ ਦੱਸਦੀ ਆ, ਸਾਰੇ ਪੁੱਛਦੇ ਕਿੰਨੀ ਸੈਲਰੀ ਆਉਂਦੀ, ਜਿਹਨਾਂ ਨੂੰ ਤਾਂ ਪਤਾ ਯੂਟਿਊਬ ਤੋਂ ਇਨਕਮ ਆਉਂਦੀ ਆ, ਤੇ ਉਹ ਆਪਾਂ ਤੁਹਾਨੂੰ ਸੈਲਰੀ ਨਹੀਂ ਆਪਾਂ ਤੁਹਾਨੂੰ ਦੱਸ ਸਕਦੇ, ਪੋਲਿਸੀ ਹੁੰਦੀ ਆ, ਆਪਾਂ ਤੁਹਾਨੂੰ ਇੱਕ ਐਸਟੀਮੇਟ ਦੇ ਸਕਦੇ ਆ ਕਿ ਸਾਨੂੰ ਸੈਲਰੀ ਆ ਜਾਂਦੀ ਆ ਮੰਥ ਦੀ, ਤੁਹਾਨੂੰ ਨਹੀਂ ਦੱਸਣਾ ਹੁੰਦਾ ਨਿਊਮੈਰੀਕਲੀ ਫਾਰਮ 'ਚ, ਨਹੀਂ ਦੱਸਣਾ ਹੁੰਦਾ, ਨਹੀਂ ਨਹੀਂ ਮੈਂ ਦੱਸਣ ਨਹੀਂ ਲੱਗਾ, ਤੁਹਾਨੂੰ ਇੱਕ ਚੀਜ਼ ਦੇ ਹਿਸਾਬ ਨਾਲ ਦੱਸ ਦਿੰਦਾ ਵਾਂ, ਇੱਕ ਚੀਜ਼ ਦੇ ਹਿਸਾਬ ਨਾਲ ਮੇਰੇ ਖਿਆਲ ਨਾਲ ਜਿੰਨੇ ਦਾ ਆਈਫੋਨ 11 ਨਵਾਂ ਮਿਲੂਗਾ ਨਾ, 11 ਉਨੀ ਕੁ ਸੈਲਰੀ ਆਪਣੀ ਆ ਜਾਂਦੀ ਮੰਥ ਦੀ, ਬਾਕੀ ਜਿਹੜੇ ਤਾਂ ਯੂਟਿਊਬ ਚਲਾਉਂਦੇ ਆ, ਜਿਹੜੇ ਤਾਂ ਯੂਟਿਊਬ ਵਿਆਹ ਸ਼ਾਇਦ ਅਗਲੇ ਸਾਲ, ਜਿਹੜੇ ਯੂਟਿਊਬ ਚਲਾਉਂਦੇ, ਜਿਹੜੇ ਯੂਟਿਊਬਰ ਹੈ ਉਹ ਤਾਂ ਸਮਝ ਜਾਣਗੇ ਕਿ ਹਾਂ ਵੀ ਸੱਚ ਆ ਕਿ ਝੂਠ, ਜਿਹੜੇ ਨਹੀਂ ਚਲਾਉਂਦੇ ਉਹਨਾਂ ਨੂੰ ਮੈਂ ਇੱਕ ਛੋਟਾ ਜਿਹਾ ਐਸਟੀਮੇਟ ਦੱਸਤਾ ਕਿ ਆਈਫੋਨ 11 ਦੀ ਜਿੰਨੀ ਸੈਲਰੀ ਜਿੰਨੇ ਦਾ ਆਉਂਦਾ ਆ, ਤੁਸੀਂ ਨੈਟ 'ਤੇ ਸਰਚ ਕਰ ਲਿਓ, ਉਨੀ ਸਾਡੀ ਸੈਲਰੀ ਆ ਇੱਕ ਮੰਥ ਦੀ, ਬਾਕੀ ਯੂਟਿਊਬ ਤੇ ਉਹਦੀ ਇੰਸਟਾ ਸਨੈਪਚੈਟ ਦੀ ਪ੍ਰਮੋਸ਼ਨਸ ਤੇ ਚਲੋ ਲੱਗ ਗਿਆ, ਮਤਲਬ ਕਿ ਸਾਡੇ ਘਰ ਕੀ ਸਾਰਾ ਕੁਝ ਤੈਨੂੰ 12 ਪ੍ਰੋ ਲੈ ਕੇ ਦੇ ਨਹੀਂ ਸਕਦਾ, ਤੂੰ ਆਈਫੋਨ 10 ਨਾ ਸਾਰ ਨੱਡੀਏ, ਤੇਰੇ ਯਾਰ ਨੂੰ ਤਾਂ ਨੰਗ ਪੁਣੇ ਦਾ ਚੜ ਗਿਆ ਬੁਖਾਰ ਨੱਡੀਏ, ਕਾਪੀਰਾਈਟ ਆ ਜਾਣਾ ਆ ਆਪਣੇ ਮੂੰਹ ਬੋਲਣ ਦਾ ਥੋੜਾ ਆਉਂਦਾ ਵਾ, ਅੱਛਾ ਜਦੋਂ ਆਪਾਂ ਗਾਣਾ ਲਾ ਦਈਏ। ਸੋ ਹੁਣ ਹੋਰ ਤੁਹਾਨੂੰ ਕੀ ਦੱਸੀਏ, 2 ਮਿੰਟ ਸੋਚ ਲੈਣ ਦੋ ਫਿਰ ਤੁਹਾਨੂੰ ਦੱਸਦੇ ਆ। ਤੇ ਹੁਣ ਆਪਾਂ ਤਾਂ ਦੱਸਦੇ, ਤੁਸੀਂ ਕਈਆਂ ਦੇ ਆਹ ਵੀ ਕੁਸ਼ਚਨ ਸੀ ਕਿ ਤੁਹਾਡੇ ਪਾਪਾ ਕੀ ਕਰਦੇ ਦੋਨਾਂ ਦੇ, ਕਿ ਫੈਮਿਲੀ ਵਗੈਰਾ, ਫੈਮਿਲੀ ਬਾਰੇ ਥੋੜ੍ਹਾ ਜਿਹਾ। ਮੇਰੀ ਫੈਮਿਲੀ ਬਾਰੇ ਤਾਂ ਤੁਸੀਂ ਚਲੋ ਟਿਕਟੋਕ 'ਤੇ ਸਾਰਿਆਂ ਨੇ ਦੇਖਿਆ ਹੋਣਾ ਮੋਸਟਲੀ, ਤੇ ਚਲੋ ਜਿੰਨਾ ਨਹੀਂ ਦੇਖਿਆ ਉਹਨਾਂ ਨੂੰ ਦੱਸ ਦਿੰਦੇ ਹਾਂ, ਦਾਦੀ ਸਿਸਟਰ ਇਹ ਮੇਰੀ ਫੈਮਿਲੀ, ਇਹ ਆਪ, ਤੇ ਪਾਪਾ ਹੈਗੇ ਆ ਮੇਰੇ ਐਡੀਸ਼ਨਲ SDO ਬਿਜਲੀ ਬੋਰਡ ਦੇ ਵਿੱਚ, ਤੇ ਮੰਮਾ ਦੀ ਬੁਟੀਕ ਆ ਵਾਹਿਗੁਰੂ ਬੁਟੀਕ,
ਪ੍ਰੋਮੋਸ਼ਨ ਕਰਤੀ ਇੰਟਰਨੈਸ਼ਨਲ ਬੂਟੀਕ ਗੂਗਲ ਤੇ ਸਰਚ ਕਰ ਸਕਦੇ ਤੁਸੀਂ ਤੇ ਮਕਸੂਦ ਦਾ ਲਿਖ ਕੇ ਨਾ ਤੇ ਜਿਹੜੇ ਸਾਰੇ ਮੈਨੂੰ ਪੁੱਛਦੇ ਹੁੰਦੇ ਆ ਕਿ ਕਈ ਬਹੁਤ ਰੇਅਰ ਵੈਸੇ ਮੈਂ ਸੂਟ ਵੇਅਰ ਕਰਦੀ ਹਾਂ ਤੁਸੀਂ ਇੰਸਟਾਗ੍ਰਾਮ ਤੇ ਦੇਖਿਆ ਹੋਣਾ ਉਹ ਸਾਰੇ ਜਿਹੜੇ ਸੂਟਸ ਆ ਉਹ ਮੰਮਾ ਦੀ ਬੁਟੀਕ ਤੋਂ ਹੀ ਆਉਂਦੇ ਆ ਸਟਿਚ ਵੀ ਉੱਥੋਂ ਹੁੰਦੇ ਆ ਤੇ ਸੂਟ ਵੀ ਸਾਰੇ ਬੁਟੀਕ ਦੇ ਆ ਤੇ ਰਾਜੂ ਆ ਛੋਟੀ ਭੈਣ ਉਹ ਕਰਦੀ ਆ ਪਲੱਸ 1 ਚ ਹੋ ਗਈ ਆ ਪੇਪਰ ਮਤਲਬ ਉਹਦੀ ਕਿਸਮਤ ਵਧੀਆ ਸੀ 10ਵੀਂ ਚ ਉਹਨਾਂ ਸਿੱਧਾ ਪਾਸ ਕਰਤਾ ਤੇ ਦਾਦੀ ਮਾਂ ਆ ਤੇ ਚਾਚੂ ਆ ਤੇ ਚਾਚੀ ਆ ਚਾਚੀ ਮੇਰੀ ਗੋਰੀ ਆ ਗੋਰੀ ਮਤਲਬ ਰੰਗ ਤੋਂ ਨਹੀਂ ਉਹ ਗੋਰੀ ਆ ਠੀਕ ਆ ਫੋਰਨਰ ਕਹਿ ਦੋ ਹਾਂ ਫੋਰਨਰ ਆ ਚਾਚੂ ਮੇਰੇ ਆਸਟ੍ਰੇਲੀਆ ਚ ਆ ਆਸਟ੍ਰੇਲੀਆ ਚ ਨਹੀਂ ਆਸਟ੍ਰੇਲੀਆ ਆ ਰੇ ਆ ਰੇ ਤੁਹਾਨੂੰ ਫੋਟੋ ਦਿਖਾ ਦਿੰਦੇ ਆ ਆ ਦੇਖੋ ਨਾ ਦੋਨਾਂ ਦੀ ਫੋਟੋ ਵਿਆਹ ਵਾਲੀ ਠੀਕ ਆ ਤੇ ਚਾਚੀ ਸਾਡੀ ਹੈਗੀ ਆ ਗੋਰੀ ਉਹ ਰਹਿੰਦੇ ਆ ਆਸਟ੍ਰੇਲੀਆ ਆਸਟ੍ਰੇਲੀਆ ਮੇਰੇ ਇੱਕ ਆਸਟ੍ਰੇਲੀਆ ਵਾ ਆਸਟ੍ਰੇਲੀਆ ਯੂਰਪ ਦੇ ਵਿੱਚ ਆ ਉੱਥੇ ਹੀ ਰਹਿੰਦੇ ਆ ਆਏ ਸੀਗੇ ਹੁਣ ਹੀ ਜਨਵਰੀ ਚ ਗਏ ਹੁਣ ਸਾਡੇ ਵਿਆਹ ਤੇ ਆਉਣਗੇ ਸ਼ਾਇਦ ਪੱਕਾ ਨਹੀਂ ਪਤਾ ਹੋਣਗੇ ਤੇ ਦਾਦੀ ਮਾਵਾ ਤੇ ਦਾਦੂ ਮੇਰੀ ਡੈਥ ਹੋ ਗਈ ਸੀਗੀ ਬਹੁਤ ਟਾਈਮ ਪਹਿਲਾਂ ਹੀ ਤੇ ਇਹ ਸਾਡੀ ਛੋਟੀ ਜਿਹੀ ਫੈਮਿਲੀ ਹੁਣ ਸਨੇਹਾ ਦੀ ਫੈਮਿਲੀ ਬਾਰੇ ਸਨੇਹਾ ਆਪ ਦੱਸੇਗੀ ਗੁੱਗੀ ਕਿ ਮੈਂ ਦੱਸਾਂ ਗੁੱਗੀ ਕੀ ਹੁੰਦਾ ਹੈ ਗੁੱਗੀ ਮਤਲਬ ਕਿ ਤੁਸੀਂ ਗੁੱਗੀ ਆ ਤੁਸੀਂ ਵੱਡੇ ਬਾਜ ਤੇ ਸਨੇਹਾ ਦੀ ਫੈਮਿਲੀ ਚ ਹੈਗੇ ਆ 4 ਮੈਂਬਰਸ ਪਾਪਾ ਵਿੱਚ ਮੰਮਾ ਛੋਟੀ ਜਿਹੀ ਸਿਸਟਰ ਮੇਰੀ ਸਾਲੀ ਤੇ ਸਨੇਹਾ ਆਪ ਤੇ ਉਦਾਂ ਇਹਨਾਂ ਦੀ ਫੈਮਿਲੀ ਵੀ ਇਹਨਾਂ ਦੀ ਫੈਮਿਲੀ ਬਹੁਤ ਜ਼ਿਆਦਾ ਵੱਡੀ ਆ ਮਤਲਬ ਇਹਦੇ 3 ਬ੍ਰਦਰਸ ਆ ਪਾਪਾ ਦੇ ਪਾਪਾ ਹੁਣ 3 ਅੱਗੇ 2 ਬ੍ਰਦਰਸ ਆ ਪਾਪਾ ਨੂੰ ਮਿਲਾ ਕੇ 3 ਬ੍ਰਦਰਸ ਆ ਮਤਲਬ ਪਾਪਾ ਇਹਦੇ ਸਭ ਤੋਂ ਵੱਡੇ ਆ ਬਾਕੀ 2 ਚਾਚੂ ਇਹਦੇ ਅੱਗੇ ਉਹਨਾਂ ਦੀਆਂ ਵਾਈਫ ਚਾਚੀਆਂ 2 ਫਿਰ ਇੱਕ ਚਾਚੀ ਦੇ 2 ਕੁੜੀਆਂ ਵਾ ਤੇ ਇੱਕ ਚਾਚੂ ਦੇ 2 ਮੁੰਡੇ ਆ ਮਤਲਬ ਸਾਡੇ ਤਿੰਨਾਂ ਦੇ ਤਿੰਨਾਂ ਬ੍ਰਦਰਸ ਦੇ 2 ਬੱਚੇ ਮੇਰੀਆਂ 3 ਸਾਲੀਆਂ 2 ਸਾਲੇ ਇੱਕ ਮੇਰੀ ਘਰ ਵਾਲੀ ਘਰ ਵਾਲੀ ਇੱਕੋ ਹੀ ਹੁੰਦੀ ਆ ਤੈਨੂੰ ਤੇ ਮੈਂ ਕਿਹਾ ਜਿਹੜੀ ਇੱਕ ਬਚ ਗਈ ਉਹ ਮੇਰੀ ਘਰ ਵਾਲੀ ਆ ਤੇ ਹੁਣ ਪਾਪਾ ਇਹਦੇ ਕੰਮ ਕਰਦੇ ਆ ਉਹਦਾ ਫਾਈਨੈਂਸ ਦਾ ਪ੍ਰੋਪਰਟੀ ਡੀਲਰ ਆ ਵਿਦ ਫਾਈਨੈਂਸ਼ੀਅਲ ਵਰਕ ਤੇ ਮੰਮਾ ਹਾਊਸ ਵਾਈਫ ਆ ਲਵਲੀ ਹਜੇ ਕਿਹੜੀ ਕਲਾਸ ਆ ਉਹ ਬਹੁਤ ਛੋਟੀ ਆ ਹਲੇ ਕਿਹੜੀ ਕਲਾਸ ਆ ਉਹ 5th ਚ ਝੂਠ ਬੋਲਦਾ ਇਹਨੂੰ ਨਹੀਂ ਪਤਾ ਮੇਰੇ ਘਰ 5th ਚ ਆ ਗੰਨੂ ਹਾਂ 5th ਚ ਆ ਲਵੀ ਦੇ ਸਕੂਲ ਦਾ ਆਪਣਾ ਮਤਲਬ ਬਿਜ਼ਨਸ ਆ ਸਾਰਿਆਂ ਦਾ ਮਤਲਬ ਕੋਈ ਜੋਬ ਨਹੀਂ ਹੈਗੀ ਹੋ ਬਸ ਤੇ ਹੋਰ ਕੀ ਫੈਮਿਲੀ ਬਾਰੇ ਬਸ ਇਦਾਂ ਹੀ ਨਾ ਚੱਲਦਾ ਠੀਕ ਆ ਇਦਾਂ ਹੀ ਬਸ ਗੱਲਾਂ ਚ ਤੂੰ ਕਹਿਤਾ ਉਹਦਾ ਪਾਪਾ ਦਾ ਚੱਲਦਾ ਉਹ ਗਾਣਾ ਸੁਣਿਆ ਬਾਪੂ ਤੇ ਦੀ ਲੀਡਰਾਂ ਦੇ ਨਾਲ ਯਾਰੀ ਫਲਾਂਟ ਵਾਂ ਇਦਾਂ ਕਰੇ ਕੁਛ ਤੇ ਬਾਕੀ ਹੁਣ ਆਪਾਂ ਤਾਂ ਇੱਥੇ ਫੁਗਰੀ ਆ ਥੋੜੀ ਬਤੀ ਮਾਰ ਲਈ ਬਾਕੀ ਫੈਮਿਲੀ ਵੀ ਹੋ ਗਈ ਹੋਰ ਤੂੰ ਕੀ ਕਹਿੰਦੇ ਕੀ ਦੱਸਣਾ ਹਾਂਜੀ ਤੇ ਇੱਕ ਆਪਾਂ ਦੋਨੋਂ ਨਾ ਪੁੱਛਦੇ ਆ ਤੁਸੀਂ ਕਿੱਥੋਂ ਆ ਆਪਾਂ ਦੋਨੇ ਹੀ ਲੋਕਲ ਜਲੰਧਰ ਤੋਂ ਹੀ ਆ ਇੱਕੋ ਹੀ ਸ਼ਹਿਰ ਚੋਂ ਜਲੰਧਰ ਤੇ ਆ ਇਹਦਾ ਘਰ ਤੇ ਸਾਡੇ ਘਰ ਦਾ ਡਿਸਟੈਂਸ ਆ 8.1 ਕਿਲੋਮੀਟਰ 9 ਹੋ ਗਿਆ ਹੁਣ ਨਹੀਂ 8.1 ਆ 9 ਹੋ ਗਿਆ ਪਹਿਲਾਂ 7.4 ਸੀ ਹੁਣ 8.1 ਆ ਯੂ ਸ਼ੁਡ ਕੀਪ ਕੁਆਇਟ ਓਕੇ ਮੈਂ ਹੁਣ ਕੀਪ ਕੁਆਇਟ ਹੀ ਰਹਾ ਅੱਛਾ ਨਹੀਂ ਬੋਲੋ ਤੇ ਇਹਦੇ ਹੋਰ ਵੀ ਰਸਤਾ ਆਪਾਂ ਇਦਾਂ ਹੀ ਮੰਨ ਜਾਂਦੇ ਆ ਹੁਣ ਤੁਸੀਂ ਸਾਰੇ ਜਣੇ ਪੁੱਛਦੇ ਜਦੋਂ ਤੁਸੀਂ ਲੜ ਪੈਂਦੇ ਆ ਆਪਾਂ ਪਹਿਲੀ ਗੱਲ ਤਾਂ ਦੇਣ ਦੇ ਵਿੱਚ ਬਹੁਤ ਹੀ ਲੜਦੇ ਆ ਆ ਜਾ ਦੀਦੀ ਨੇ ਆਈ ਦੀਦੀ ਆ ਕਿਉਂ ਨਾ ਹਾਂ ਭਾਬੀ ਸਤਿ ਸ਼੍ਰੀ ਅਕਾਲ ਚੱਲ ਇੱਧਰ ਆ ਕੌਣ ਹੈ ਇਹ ਬੰਟੀ ਚਾਚੂ ਦਾ ਮੁੰਡਾ ਉਹ ਕੌਣ ਹੈ ਉਹ ਗੈਵੀ ਦਾ ਭਰਾ ਉਹਦਾ ਸੱਕਾ ਭਰਾ ਆ ਹਾਂ ਇਹ ਸਾਡਾ ਜੀ ਮੇਰਾ ਭਰਾ ਛੋਟਾ ਚਾਚੂ ਦਾ ਮੁੰਡਾ ਮੈਨੂੰ ਮੈਂ ਸਟੋਰੀ ਚ ਦੇਖਿਆ ਬੜਾ ਤੇਜ਼ ਆ ਨਾਮ ਦੱਸ ਆਪਣਾ ਜਰਮਨਜੀਤ ਸਿੰਘ ਰਾਲੀ ਵਾਹ ਓ ਬੱਲੇ ਬੜਾ ਬੜਾ ਮਾਰ ਦੇ ਆ ਤੇਰੀ ਕੀ ਨਾਮ ਤੇਰਾ ਜਰਮਨਜੀਤ ਸਿੰਘ ਰਾਲੀ ਓ ਤੇਰੀ ਭਾਈ ਓ ਚਾਹੀਦਾ ਕੀ ਨਾਮ ਆ ਕੀ ਪਾਈ ਫਿਰਦਾ ਪਿੱਛੇ ਕਿਉਂ ਪੜਨਾ ਆ ਵਾ ਕਿਹਦੇ ਕੋਲੋਂ ਉਹ ਤਾਂ ਆਪ ਪੜਨਾ ਆ ਇਹ ਤਾਂ ਐਮੀ ਵਰਕ ਆ ਦੇਖ ਲੈ ਵੀ ਮੁੰਡਾ ਪੜਨਾ ਆਇਆ ਕਹਿੰਦੇ ਮੁੰਡਾ ਸੀਜਰ ਪਬਲਿਕ ਸਕੂਲ ਚ ਪੜਦਾ ਚਲੋ ਪੜੋ ਜਾ ਕੇ ਮਾਸਕ ਪੁੱਠਾ ਹੀ ਲਾ ਲਿਆ ਵਾ ਰਾਜੂ ਤਾਂ ਪੜਨਾ ਦਾ ਜਰਮਨਜੀਤ ਸਿੰਘ ਲਾਲੀ ਲੈ ਬਰਾ ਰਾਜੂ ਤਾਂ ਪੜਨਾ ਆ ਉਹ ਉਧਰ ਬੈਠੀ ਸਾਹਮਣੇ ਪਾਪਾ ਦੇ ਕਮਰੇ ਜਾ ਚੱਲ ਜਾ ਐਸ ਤੇ ਮੇਰੇ ਚਾਚੂ ਦਾ ਮੁੰਡਾ ਤੇ ਅੱਜ ਤੁਹਾਨੂੰ ਦੱਸ ਦਈਏ ਕਿ ਜਦੋਂ ਅਸੀਂ ਲੜਦੇ ਆ
ਆਪਾਂ ਦਿਨ ਦੇ ਵਿੱਚ ਬਹੁਤ ਵਾਰੀ ਲੜਦੇ ਆ, ਠੀਕ ਆ, ਪਰ ਛੋਟੀ ਛੋਟੀ ਲੜਾਈ ਜਿੰਨੀ ਵਾਰੀ ਗੱਲ ਕਰਦੇ ਆ ਉਨੀ ਵਾਰੀ ਲੜਦੇ ਆ, ਠੀਕ ਆ, ਤੇ ਆਪਣੀ ਛੋਟੀ ਛੋਟੀ ਮਤਲਬ ਜੇ ਸਾਰਾ ਲੋ ਜੇ ਦਿਨ ਚ ਅਸੀਂ 10 ਵਾਰੀ ਫੋਨ ਕੀਤਾ ਤਾਂ 10 ਵਾਰੀ ਇਦਾਂ ਲੜਾਈ ਨਹੀਂ ਹੁੰਦੀ, ਲੜਾਈ ਹੁੰਦੀ ਹੈ ਸਾਡੀ ਅੱਜ ਇਦਾਂ ਹੁਣ ਹੋਈ ਆ ਨੋਰਮਲੀ, ਮਤਲਬ 10 ਵਾਰੀ ਲੜਾਈ ਹੋ ਜਾਣੀ ਆ 10 ਸੈਕਿੰਡ ਦੇ ਵਿੱਚ ਮੰਨ ਜਾਣਾ, ਤੇ ਫਿਰ ਬਸ ਇਦਾਂ ਹੀ ਮਤਲਬ ਗੱਲ ਕਰਦੇ ਕਰਦੇ ਬਸ ਇਦਾਂ ਹੀ ਕੋਈ ਸੌਰੀ ਨਹੀਂ ਕੋਈ ਕੁਛ ਨਹੀਂ, ਇਦਾਂ ਹੀ ਬਸ ਗੱਲ ਕਰਦੇ ਕਰਦੇ ਭੁੱਲ ਜਾਂਦੇ ਆ ਆਪਾਂ ਕਿ ਲੜੇ ਵੀ ਹੈਗੇ ਆ, ਨਹੀਂ ਭੁੱਲਦੀ ਪਰ ਮੈਂ ਭੁੱਲ ਜਾਂਦਾ, ਠੀਕ ਆ, ਇਹ ਨਹੀਂ ਭੁੱਲਦੀ ਇਹਨੂੰ ਇਹਨੂੰ ਅੱਜ ਤੋਂ ਸਾਲ ਪਹਿਲਾਂ ਜਦੋਂ ਪਹਿਲਾਂ ਲੜਾਈ ਹੋਣੀ ਉਹ ਵੀ ਯਾਦ ਹੋਣੀ ਕਿ ਹਾਂ ਵੀ ਤੁਸੀਂ ਮੈਨੂੰ ਉਦੋਂ ਕਰਕੇ ਲੜੇ ਸੀਗੇ, ਕਈ ਯਾਰ ਉਹ ਗੱਲਾਂ ਤੋਂ ਵੀ ਲੜ ਪੈਂਦੀ ਤੁਸੀਂ ਮੈਨੂੰ ਉਦੋਂ ਇਹ ਕਹਿਤਾ ਸੀਗਾ, ਇੱਦਾਂ ਨਹੀਂ ਮੈਂ ਇੱਕ ਦੋ ਦਿਨ ਗੱਲ ਪਿੱਛੇ ਲੜ ਪੈਂਦੀ ਹਾਂ, ਇੱਕ ਦੋ ਦਿਨ ਪੁਰਾਣੀ ਗੱਲ ਪਿੱਛੇ ਜੋ ਜੀ ਮੈਨੂੰ ਨਹੀਂ ਭੁੱਲਦੀ ਕਿਉਂਕਿ ਮੈਂ ਫਿਰ ਗੱਲ ਦਿਲ 'ਚ ਨਹੀਂ ਰੱਖਦੀ, ਮੈਂ ਬੋਲ ਦਿੰਦੀ ਮੈਨੂੰ ਇਸ ਗੱਲ ਦਾ ਗੁੱਸਾ ਆ ਬਾਕੀ ਬਸ ਇੰਨਾ ਨਹੀਂ ਮਤਲਬ ਆਪਾਂ ਲੜੀਏ, ਪਹਿਲਾਂ ਬਿਲਾ ਤਾਂ ਬਹੁਤ ਜ਼ਿਆਦਾ ਲੜਦੇ ਸੀ ਆਪਾਂ, ਪਹਿਲਾਂ ਨਹੀਂ ਉਲਟਾ ਇੰਨਾ ਲੜੀਦਾ ਸੀ, ਪਹਿਲਾਂ ਲੜੀਦਾ ਜ਼ਿਆਦਾ ਸੀਗਾ ਪਰ ਕਦੀ ਆਪਾਂ ਮਤਲਬ ਥੋੜ੍ਹੀ ਲੜਾਈ ਹੁੰਦੀ ਆ ਫਿਰ ਆਪਾਂ ਮੰਨ ਜਾਂਦਾ ਛੇਤੀ, ਇਹ ਨਹੀਂ ਮੰਨਦੀ ਨਹੀਂ ਮੈਂ ਮਨਾਉਣਾ ਪੈਂਦਾ ਹੁੰਦਾ, ਮੈਂ ਮਨਾ ਲੈਂਦਾ ਹੁੰਦਾ ਇਹਨੂੰ ਗਾਣਾ ਗੁਣਾ ਭੇਜ ਕੇ, ਹਜੇ ਕੱਲ੍ਹ ਲੜ ਪਏ ਸੀ ਆਪਾਂ ਕੱਲ੍ਹ ਇਹਨੂੰ ਮੈਂ ਗਾਣਾ ਭੇਜਿਆ ਉਹ ਮੁਹੱਬਤ ਦਾ ਕਿ ਮੁਹੱਬਤ ਹੈ ਗਾਣਾ ਜਿਹੜਾ ਸੁੱਚਾ ਯਾਰ, ਸੁੱਚਾ ਯਾਰ ਦਾ ਗਾਣਾ ਸੀਗਾ, ਤੇਰੇ ਨਾਲੋਂ ਵੱਧ ਦੱਸ ਕੀ ਕੀਮਤੀ ਮੇਰੇ ਕੋਲ ਨੀ, ਇੱਦਾਂ ਸੀ ਨਾ ਕੁਛ, ਕਨੂੰ ਇਹ ਸੁੱਚਾ ਯਾਰ ਨੇ ਵਲੌਗ ਦੇਖ ਲਿਆ ਸੀਗਾ, ਇਹ ਸੀਗਾ ਹੁਣ ਆਪਾਂ ਤੁਹਾਨੂੰ ਦੱਸੀਏ, ਚਲੋ ਤੁਹਾਨੂੰ ਸਾਰੇ ਜਾਣੇ ਪੁੱਛਦੇ ਹੁੰਦੇ ਆ ਆਪਣੇ ਫੈਮਿਲੀ ਨੀ ਮੰਨਦੀ ਸਾਡੀ ਫੈਮਿਲੀ ਨੀ ਮੰਨਦੀ, ਯਾਰ ਦੱਸਾਂ ਫੈਮਿਲੀ ਦਾ ਕਿੱਦਾਂ ਹੁੰਦਾ ਵਾ, ਨਹੀਂ ਮੈਂ ਤਾਂ ਦੱਸਿਆ ਨੀ ਮੈਂ ਕਿੱਦਾਂ ਮਨਾਉਣੀ ਆ, ਕਿਨੂੰ ਮੈਨੂੰ ਇਹ ਤਾਂ ਮਨਾਉਂਦੀ ਨੀ ਯਾਰ, ਮੈਨੂੰ ਮੈਂ ਮਨਾਉਣੀ ਆ ਕਿੱਦਾਂ, ਇਹਨਾਂ ਨੇ ਦੱਸਤਾ ਇਹ ਮੈਨੂੰ ਗਾਣਾ ਗੁਣਾ ਭੇਜ ਕੇ ਆ, ਮੈਨੂੰ ਹਸਾ ਲੈਂਦੇ ਹੁੰਦੇ ਆ, ਸਾਨੂੰ ਪਤਾ ਹੈ ਨੇਚਰ ਇਹਨਾਂ ਦੀ ਉਦਾਂ ਦੀ ਆ, ਹਾਸਾ ਜਾਂਦਾ ਆ ਗੱਲ ਤੇ, ਫਿਰ ਮੇਰੇ ਤੋਂ ਬਾਅਦ 'ਚ ਡਰਾਮਾ ਨਹੀਂ ਹੁੰਦਾ ਗੁੱਸੇ ਦਾ, ਸਿਰਫ ਥੋੜਾ ਹੋਜੂਗਾ ਸੈਟ ਆਪਣੇ ਆਪ ਹੀ, ਚੱਲ ਖਿਲਾਰਨਾ ਬੰਦ ਕਰ ਦੇਵਾਂਗੇ ਤੇ ਉਹ ਫਿਰ ਮੈਂ ਕਰਾ ਲੂੰਗਾ, ਵੈਸੇ ਸਾਰਿਆਂ ਨੂੰ ਓਪੀਨੀਅਨ ਆ ਇਦਾਂ ਨਿਆਣੇ ਵਾਂਗੂ ਜ਼ਿੰਦਗੀ ਕੱਟ ਦੋ ਸਭ ਤੋਂ ਬੈਸਟ, ਜਿਨ੍ਹਾਂ ਦੀ ਫੈਮਿਲੀ ਨਹੀਂ ਮੰਨਦੀ ਉਹ ਥੋੜਾ ਰਿਕੁਐਸਟ ਕਰਿਆ ਕਰੋ, ਹਾਂ ਵੀ ਬਹੁਤ ਕੁਐਸਚਨ ਸੀਗਾ ਕਿ ਫੈਮਿਲੀਜ਼ ਨੂੰ ਆਪਾਂ ਕਿੱਦਾਂ ਬਣਾਈਏ, ਮੈਂ ਥੋੜਾ ਰਿਕੁਐਸਟ ਕਰਿਆ ਸਟੈਂਡ ਆਪਣਾ ਛੱਡੋ, ਆਪਾਂ ਮਤਲਬ ਕਿ ਜ਼ਿਆਦਾ ਨਹੀਂ ਕਹਿ ਸਕਦੇ ਕਿ ਇਦਾਂ ਨਹੀਂ ਕਹਿ ਸਕਦੇ ਕਿ ਤੁਸੀਂ ਆੜੀ ਜਾਓ ਜਾ ਕੇ, ਨਹੀਂ ਆੜੋ ਜਿੱਥੋਂ ਤੱਕ ਤੁਹਾਨੂੰ ਲੱਗਦਾ ਆੜਨਾ ਚਾਹੀਦਾ ਆ, ਮੈਂ ਥੋੜਾ ਰਿਕੁਐਸਟ ਕਰੋ ਮਤਲਬ ਕਿ ਆਪਣੀ ਗੱਲ ਰੱਖੋ ਕਿਉਂਕਿ ਜੇ ਤੁਸੀਂ ਸੱਚੀ ਕਿ ਹਾਂ ਵੀ ਕਿਸੇ ਨੂੰ ਪਿਆਰ ਕਰਦੇ ਹੋ, ਵੈਸੇ ਅੜਨ ਤੋਂ ਬੈਟਰ ਆ ਕਿ ਤੁਸੀਂ ਉਹਨਾਂ ਨੂੰ ਸਮਝਾਓ ਬਿਠਾ ਕੇ ਪਿਆਰ ਨਾਲ, ਮਤਲਬ ਇਦਾਂ ਦਾ ਕਈਆਂ ਦੇ ਮਤਲਬ ਕਹਿੰਦੇ ਕਈਆਂ ਦੇ ਕਮੈਂਟ ਸੀਗੇ ਕਿ ਸਾਡੀ ਕਾਸਟ ਕਰਕੇ ਰਿਲੇਸ਼ਨ ਟੁੱਟ ਗਏ ਜਾਂ ਇੱਦਾਂ, ਮੈਂ ਯਾਰ ਅਸੀਂ ਉਹਨਾਂ ਚੀਜ਼ਾਂ ਬਾਰੇ ਤੁਹਾਨੂੰ ਨਹੀਂ ਦੱਸ ਸਕਦੇ ਕਿਉਂਕਿ ਸਾਡੇ ਆਹ ਪ੍ਰੋਬਲਮ ਨਹੀਂ ਸੀ ਕਾਸਟ ਦੇ ਵਿੱਚ ਵਗੈਰਾ, ਇਹ ਨਹੀਂ ਆਪਾਂ ਤੁਹਾਨੂੰ ਜੋ ਚੀਜ਼ ਆਪਾਂ ਨਾਲ ਹੋਈ ਨਹੀਂ ਆਪਾਂ ਤੁਹਾਨੂੰ ਨਹੀਂ ਸਲਾਹ ਦੇ ਸਕਦੇ, ਹਾਂ ਵੀ ਬਾਕੀ ਜਿਹਨਾਂ ਦੇ ਮਤਲਬ ਕਿ ਥੋੜ੍ਹਾ ਕਰਦੇ ਕਾਸਟ ਦੇ ਰਿਲੇਟਡ ਨਹੀਂ ਉੱਦਾਂ ਹੀ ਕਿ ਲਵ ਮੈਰਿਜ ਜਾਂ ਫਲਾਣ ਢਮਕਾਣ ਇੱਦਾਂ, ਤੁਸੀਂ ਰਿਕੁਐਸਟ ਕਰੋ ਮਤਲਬ ਆਪਣੇ ਸਾਥ ਦੋ ਦੋਵੇਂ ਜਾਣੇ, ਕਿਉਂਕਿ ਕੋਟੋ ਵੀ ਪੈਂਦੀ ਹੁੰਦੀ ਆ ਖਾਣੀ ਪੈਂਦੀ ਆ ਸਾਡੇ, ਚਲੋ ਨਹੀਂ ਇੰਨਾ ਨਹੀਂ ਹੋਇਆ ਸਾਡੇ ਉੱਦਾਂ ਲੜਾਈਆਂ ਹੋਈਆਂ ਥੋੜ੍ਹੇ ਜਿਹੇ ਕਲੇਸ਼ ਕਲੂਸ਼ ਪਏ ਆ, ਮਤਲਬ ਕਿ ਥੋੜ੍ਹਾ ਜਲਦੀ ਹੋਣ ਕਰਕੇ ਜਾਂ ਥੋੜ੍ਹਾ ਇੱਦਾਂ ਕਰਕੇ ਪਿਆ, ਉੱਦਾਂ ਨਹੀਂ ਕਰਨਾ ਨਹੀਂ ਕਰਾਉਣਾ ਵਾਲਾ ਨਹੀਂ ਸੀ ਕੋਈ ਸੀਨ ਆਪਣੇ, ਬਾਕੀ ਜਿਹਨਾਂ ਦੀ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਥੋੜ੍ਹਾ ਆਪਣਾ ਸਾਥ ਦਿਓ, ਮਤਲਬ ਕਿ ਸਮਾਂ ਦਿਓ ਉਹਨੂੰ ਥੋੜ੍ਹਾ ਕਰੋ ਮਤਲਬ ਰਿਕੁਐਸਟ, ਕਿਉਂਕਿ ਘਰਦਿਆਂ ਨੇ ਪਤਾ ਵਾ ਕਿ ਮੰਨਣਾ ਮੰਨ ਨਹੀਂ ਜਾਣਾ ਉਹਨਾਂ ਨੇ ਤੁਹਾਡੀ ਖੁਸ਼ੀ ਦੇਖਣੀ ਆ, ਬਸ ਹਾਂ ਵੀ ਅਗਲੇ ਥੋੜ੍ਹਾ ਜਿਹਾ ਕਰ ਦਿੰਦੇ ਆ ਕਿ ਹਾਂ ਵੀ ਹਜੇ ਨਹੀਂ, ਮਤਲਬ ਕਿ ਨਹੀਂ ਕਹਿ ਕੇ ਇਹਦਾ ਮਤਲਬ ਇਹ ਨਹੀਂ ਕਿ ਉਹਨਾਂ ਨੇ ਕਰਨਾ ਨਹੀਂ ਹੈਗਾ, ਅਗਲਿਆਂ ਨੇ ਤੁਹਾਡੀ ਖੁਸ਼ੀ ਦੇਖਣੀ ਆ, ਥੋੜ੍ਹੀ ਵੇਟ ਕਰੋ ਕੋਈ ਗਲਤ ਸਟੈਪ ਪਹਿਲੀ ਵਾਰੀ ਸਾਨੂੰ ਇੱਕ ਵਾਰੀ ਨਾ ਕਰਕੇ ਕਈ ਹੌਸਲਾ ਹਾਰ ਜਾਂਦੇ ਆ ਕਿ ਮੰਨਦੇ ਨਹੀਂ ਪਏ, ਸਾਨੂੰ ਪਤਾ ਨਹੀਂ ਕਿੰਨੀ ਇੱਕ ਵਾਰੀ ਨਾ ਕੀਤੀ ਹੋਣੀ ਆ, ਮੈਨੂੰ ਸ਼ਾਇਦ 50 ਵਾਰੀ ਇੱਕ ਦਿਨ 'ਚ ਨਾ ਹੀ ਹੁੰਦੀ ਸੀ, ਬਟ ਆਫਟਰ ਆਲ ਮਨਾ ਹੀ ਲਿਆ, ਇਹਨਾਂ ਸਟੈਂਡ ਨਾ ਛੱਡੋ ਕਿ ਹਾਂ ਵੀ ਨਾ ਕਰਤੀ ਤੇ ਨਾ ਹੀ, ਤੁਸੀਂ ਆਪਣਾ ਵਾਲਾ ਸਟੈਂਡ ਰੱਖੋ ਪੂਰਾ, ਅਗਲਿਆਂ ਨੂੰ ਪਿਆਰ ਨਾਲ ਸਮਝਾਓ, ਤੁਸੀਂ ਮੈਂ ਧਮਕੀਆਂ ਦੇਣ ਦੀ ਨਹੀਂ ਲੋੜ ਹੈ ਗਿੱਲੋ ਵੀ ਮਾਰ ਦੂੰਗਾ ਜਾਂ ਮੈਂ ਨਹੀਂ ਕਰਨਾ ਜਾਂ ਮੈਂ ਇਹ ਕੌਣ ਕਹਿ ਰਿਹਾ ਆ, ਕਿ ਕਰਨ ਦੀ ਲੋੜ ਨਹੀਂ ਹੈਗੀ, ਠੀਕ ਆ, ਕਿ ਮਤਲਬ ਤੁਸੀਂ ਇਹ ਸਾਰੀਆਂ ਚੀਜ਼ਾਂ ਨਹੀਂ ਕਰਨੀਆਂ, ਤੁਸੀਂ ਪਿਆਰ ਨਾਲ ਕਰੋ ਕਿ ਹਾਂ ਵੀ ਪਾਪਾ ਜਾਂ ਮੰਮਾ ਜਿਹੜੀ ਵੀ ਤੁਹਾਡੇ ਘਰ 'ਚ ਬਿਠਾ ਕੇ ਸਾਰਿਆਂ ਨੂੰ ਪਾਪਾ ਦੀ ਜਲਦੀ ਹੁੰਦੀ ਆ ਕਿ ਪਾਪਾ ਦੇ ਕੋਲ ਬੈਠੋ ਜਾ ਕੇ ਸਮਝਾਓ, ਨਹੀਂ ਹਰ ਇੱਕ ਕਿਸੇ ਦੀ ਫੈਮਿਲੀ ਦਾ ਅਲੱਗ ਹਿਸਾਬ ਹੁੰਦਾ, ਕਈਆਂ ਦੇ ਘਰ ਬਜ਼ੁਰਗਾਂ ਦੀ ਜ਼ਿਆਦਾ ਚੱਲਦੀ ਆ, ਸਾਡੇ ਵਿੱਚ ਬਜ਼ੁਰਗਾਂ 'ਚ ਵੀ ਪਾਪਾ ਦੀ ਹੋਈ ਚੱਲਦੀ ਹੁੰਦੀ ਆ, ਫਿਰ ਭਾਵੇਂ ਬਜ਼ੁਰਗ ਪਾਪਾ ਵੱਡੇ ਹੋਣ ਭਾਵੇਂ ਛੋਟੇ, ਆਪਾਂ ਤਾਂ ਸਾਰਿਆਂ ਨੂੰ ਇਹ ਕਹਿਤਾ ਸੀ ਜਿਹਦੀ ਸਿਫਾਰਿਸ਼ ਚੱਲ ਪਈ, ਸਾਡੇ ਘਰ ਸਾਰੇ ਇੱਧਰੋਂ ਦਾਦੀ ਨੂੰ ਵੀ ਪਾਪੇ ਦੀਆਂ ਚੱਲਦੀਆਂ ਨੇ, ਕਿਉਂਕਿ ਪਾਪੇ ਮੇਰੇ ਘਰੇ ਵੀ ਪਾਪਾ ਦੀ ਹੀ ਚੱਲਦੀ ਆ, ਜੁੱਤੀ ਚੱਪਲ ਵੀ ਪਤਾ ਨਹੀਂ ਕਿੱਧਰੋਂ ਕਿੱਧਰੋਂ ਆਉਂਦੀ ਆ, ਸੋ ਪਾਪੇ ਹੀ ਬਣਾਇਓ ਤੁਸੀਂ ਸਾਰੇ ਆਪਣੇ ਕਿ ਹਾਂ ਵੀ ਪਾਪਾ 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 ਪਾਪੇ ਬਣਾਇਓ, ਠੀਕ ਆ, ਤੇ ਬਾਕੀ ਚਲੋ
होप फॉर द बेस्ट गुड लक ਤੁਹਾਨੂੰ ਸਾਰਿਆਂ ਨੂੰ ਗੁੱਡ ਲੱਕ ਇਨਸਪੀਰੇਸ਼ਨ ਕਈ ਸਾਡੇ ਕੋ ਮੰਗਦੇ ਵੀ ਕਿਸੇ ਆਪਾਂ ਗੱਲ ਕਰਨ ਲੱਗੇ ਆ ਸਾਨੂੰ ਬੈਸਟ ਆਫ ਲੱਕ ਸੋ ਸਾਰਿਆਂ ਆਪਾਂ ਤੁਹਾਨੂੰ ਮੋਟੀਵੇਟ ਕਰਦੇ ਪਏ ਆ ਕਿ ਕਰੋ ਕਦੀ ਤਾਂ ਕਰਨੀ ਆ ਤੇ ਫਿਰ ਅੱਜ ਹੀ ਸਹੀ ਬਸ ਗਲਤ ਤਰੀਕੇ ਨਾਲ ਨਹੀਂ ਕੁਝ ਵੀ ਕਰਨਾ ਪਿਆਰ ਨਾਲ ਗੱਲ ਕਰੋ ਪਿਆਰ ਨਾਲ ਗੱਲ ਕਰੋ ਮਨਾਓ ਉਹਨਾਂ ਨੂੰ ਮੰਨਣਗੇ ਕਿਉਂ ਨਹੀਂ ਮੰਨਣਗੇ ਥੋੜਾ ਟਾਈਮ ਲੱਗਦਾ ਆ ਬਟ ਮੰਨ ਜਾਂਦੇ ਮੰਨਣਗੇ ਬਸ ਬਾਕੀ ਹੋਰ ਕਿਹੜਾ ਕੀ ਹੋਏ ਨੇ ਕੋਈ ਕੀ ਕੁਐਸਚਨ ਪੁੱਛਦੇ ਹੁੰਦੇ ਲੋਕਾਂ ਨੂੰ ਇਹੀ ਕੁਐਸਚਨ ਹੁੰਦੇ ਬਸ ਮੇਨ ਮੇਰਾ ਪਤਾ ਸਾਰਿਆਂ ਨੂੰ ਦੱਸਦੇ ਆ ਸੋ ਜੇ ਕੋਈ ਰਹਿ ਗਿਆ ਕੁਐਸਚਨ ਤਾਂ ਤੁਸੀਂ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹਾਂ ਆਪਾਂ ਫਿਰ ਇੱਕ ਕਿਊ ਐਨ ਏ ਬਣਾ ਦਾਂਗੇ ਕੋਈ ਨੋਟ ਬੀ ਵੈਰੀ ਬਿਗ ਇਸ਼ੂਸ ਸੋ ਅਸੀਂ ਦੱਸ ਸਕਦੇ ਹਾਂ ਬਾਕੀ ਹੋਰ ਕੀ ਇੰਨੀ ਹਾਈ ਇੰਗਲਿਸ਼ ਵੀ ਕਿਸੇ ਦੀ ਹੈ ਤਾਂ ਪਲੀਜ਼ ਮੈਨੂੰ ਥੱਲੇ ਕਮੈਂਟ ਦੱਸਿਓ ਬਸ ਆਹੀ ਸੀਗਾ ਸੋ ਸਾਰੇ ਜੇ ਸਾਨੂੰ ਯਾਦ ਆ ਗਿਆ ਅਸੀਂ ਕਲਿੱਪ ਐਡ ਕਰ ਦੇਵਾਂਗੇ ਠੀਕ ਆ ਦੋ ਮਿੰਟ ਚਲੋ ਆਪਾਂ ਸੋਚ ਲਈਏ ਲਓ ਤੇ ਆਪਾਂ ਕਰਨ ਲੱਗੇ ਹਾਂ ਵਲੋਗ ਦਾ ਐਂਡ ਅੱਜ ਦੇ ਕਿਉਂ ਇਹਨੇ ਕਰਦੇ ਹਾਂ ਆਪਾਂ ਇੱਥੇ ਖਤਮ ਜੇ ਕੋਈ ਕੁਐਸਚਨ ਵਗੈਰਾ ਰਹਿ ਗਏ ਹੋਏ ਕਮੈਂਟ ਕਰਨ ਤੁਸੀਂ ਕਰਕੇ ਦੱਸਿਓ ਸਾਰੇ ਇੱਕ ਕੁਐਸਚਨ ਮੈਨੂੰ ਯਾਦ ਆ ਗਿਆ ਹੈ ਕਿ ਤੁਹਾਡੇ ਨਾਲ ਰਿਲੇਸ਼ਨਸ਼ਿਪ ਦੇ ਬਾਅਦ ਕੋਈ ਚੇਂਜ ਆਇਆ ਜਾਂ ਰੋਕੇ ਤੋਂ ਬਾਅਦ ਮਤਲਬ ਰਿਲੇਸ਼ਨਸ਼ਿਪ ਤੇ ਰੋਕੇ ਤੋਂ ਬਾਅਦ ਸਾਡੇ ਰਿਸ਼ਤੇ 'ਚ ਕੋਈ ਚੇਂਜ ਆਇਆ ਹੋਵੇ ਮਤਲਬ ਐ ਨਹੀਂ ਆ ਕੋਈ ਖਾਸ ਚੇਂਜ ਨਹੀਂ ਆਇਆ ਮਤਲਬ ਥੋੜਾ ਬੰਦੇ ਨੂੰ ਬੰਦਾ ਸਿਕਿਉਰ ਹੋ ਜਾਂਦਾ ਬਸ ਹੋਰ ਕੁਛ ਨਹੀਂ ਖਾਸ ਚੇਂਜ ਨੀ ਪਿਆਰ ਚ ਲੜਾਈ ਚ ਜਾਂ ਗੱਲਬਾਤ ਚ ਕੋਈ ਚੇਂਜ ਨਹੀਂ ਉਹ ਤਾਂ ਇਦਾਂ ਹੀ ਇਦਾਂ ਹੀ ਹੁੰਦੀ ਆ ਆਪਾਂ ਬਹੁਤ ਕਰਦੇ ਸੀ ਗੱਲ ਹੁਣ ਵੀ ਕਰਦੇ ਆ ਲੜਦੇ ਪਹਿਲਾਂ ਵੀ ਬਹੁਤ ਹੀ ਹੁਣ ਵੀ ਲੜਦੇ ਆ ਸਾਰਾ ਕੁਝ ਠੀਕ ਆ ਬਸ ਰੋਕੇ ਤੋਂ ਬਾਅਦ ਫੇਰ ਆਪਾਂ ਰੋਜ਼ ਆਪਾਂ ਥੋੜੇ ਸਿਕਿਉਰ ਹੋ ਗਏ ਆ ਕਿ ਹਾਂ ਵੀ ਚਲੋ ਹੁਣ ਆਪਾਂ ਨੂੰ ਮਤਲਬ ਕੋਈ ਪਰੇਸ਼ਾਨੀ ਨਹੀਂ ਕਿ ਘਰ ਦੇ ਮਨਾਉਣੇ ਕੋਈ ਟੈਨਸ਼ਨ ਨਹੀਂ ਹੈਗੀ ਸਿਰ ਤੇ ਠੀਕ ਆ ਬਸ ਆਇਆ ਹੋ ਜਾਂਦਾ ਵਾ ਸੋ ਬਾਕੀ ਨਾਲੇ ਵਧੀਆ ਹੁੰਦਾ ਕਿਉਂਕਿ ਜਦੋਂ ਇੱਕ ਵਾਰੀ ਫੈਮਿਲੀ ਚ ਬੈਠ ਕੇ ਸਾਰਾ ਕੁਝ ਹੋ ਜਾਂਦਾ ਨੇਚਰ ਚੇਂਜ ਦੋਨਾਂ ਦੇ ਵਿੱਚੋਂ ਕਿਸੇ ਦੀ ਵੀ ਨਹੀਂ ਹੋਈ ਆ ਮੈਨੂੰ ਥੋੜਾ ਸੀਗਾ ਕਿ ਮੈਂ ਪਹਿਲਾਂ ਆਪਾਂ ਨਾ ਮਿਲਦੇ ਵੀ ਥੋੜਾ ਇਦਾਂ ਨਹੀਂ ਸੀ ਹੁੰਦੇ ਮਤਲਬ ਮੈਂ ਇਹਨੂੰ ਕਹਿੰਦਾ ਸੀ ਮੈਨੂੰ ਨਹੀਂ ਪਸੰਦ ਬਾਹਰ ਸਰਿਆਮ ਇਦਾਂ ਮਿਲਣਾ ਚੰਗਾ ਨਹੀਂ ਲੱਗਦਾ ਜਾਂਦੇ ਨਹੀਂ ਹੁੰਦੇ ਸੀ ਕਿਤੇ ਆਪਾਂ ਕਿਤੇ ਜਾਈਦਾ ਵੀ ਨਹੀਂ ਸੀਗਾ ਠੀਕ ਆ ਉਦੋਂ ਤੇ ਗੱਲ ਹੀ ਕਰੀ ਮਤਲਬ ਜਦੋਂ ਆਪਾਂ ਆਇਸ਼ ਕਰਦੇ ਉਦੋਂ ਮਿਲ ਲਈਦਾ ਉਦਾਂ ਨਹੀਂ ਬਾਹਰ ਨਹੀਂ ਕਦੀ ਫਾਲਦੇ ਆਪਾਂ ਕਦੀ ਰੈਸਟੋਰੈਂਟ 'ਚ ਬੈਠੇ ਇਹਨਾਂ ਨੂੰ ਆਦਤ ਹੁੰਦੀ ਸੀ ਰੋਕਾ ਹੋਣ ਤੋਂ ਬਾਅਦ ਆਪਾਂ ਮਤਲਬ ਕਿ ਹਾਂ ਵੀ ਮਿਲਣਾ ਸ਼ੁਰੂ ਕੀਤਾ ਹੁਣ ਜਾਂ ਫਿਰ ਆਪਾਂ ਮੈਂ ਇਹਦੇ ਘਰੇ ਉਹ ਵੀ ਹੁਣ ਆਪਾਂ ਜ਼ਿਆਦਾ ਬਾਹਰ ਨਹੀਂ ਘਰੇ ਹੁੰਦੇ ਘਰੇ ਮਤਲਬ ਹਾਂ ਵੀ ਆਹ ਨਹੀਂ ਕਿ ਆਪਾਂ ਨੂੰ ਮਤਲਬ ਉਹੋ ਜਿਹੀ ਆਦਤਾਂ ਨਹੀਂ ਕਿ ਬਾਹਰ ਹੀ ਮਿਲਣਾ ਵੀ ਹਨਾ ਜਦੋਂ ਸਾਡੀ ਫੈਮਿਲੀ 'ਚ ਬਹਿ ਕੇ ਸਾਰਾ ਕੁਛ ਹੋਇਆ ਵਾ ਫਿਰ ਆਪਾਂ ਨੂੰ ਕੋਈ ਇਤਰਾਜ਼ ਨਹੀਂ ਬਸ ਆਹ ਵਾ ਕਿ ਬੰਦਾ ਥੋੜ੍ਹਾ ਸਿਕਿਉਰ ਹੋ ਜਾਂਦਾ ਵਾ ਹੋਰ ਕੋਈ ਮਤਲਬ ਬਦਲਾਵ ਨਹੀਂ ਆਉਣਾ ਸੋ ਜਿਹੜੇ ਸੋਚਦੇ ਆ ਕਿ ਕਰਾ ਲਈਏ ਜਾਂ ਕਰਾਉਣਾ ਚਾਹੀਦਾ ਵਾ ਸੋ ਕਰਾ ਲਓ ਵਧੀਆ ਹੋ ਜਾਊਗਾ ਸਾਰਾ ਕੁਛ ਬਾਕੀ ਪਹਿਲਾਂ ਵੀ ਇੱਦਾਂ ਹੀ ਸੀ ਹੁਣ ਵੀ ਇੱਦਾਂ ਹੀ ਆ ਅਗਲੀ ਵਾਰੀ ਪੁੱਛੋਗੇ ਉਦੋਂ ਵੀ ਇੱਦਾਂ ਹੀ ਹੋਵਾਂਗੇ ਸਾਰੇ ਜਾਣੇ ਹੁਣ ਵਲੋਗ ਨੂੰ ਲਾਈਕ ਕਰ ਦਿਓ ਕਮੈਂਟ ਕਰਕੇ ਦੱਸਿਓ ਜੇ ਕੁਛ ਰਹਿ ਗਿਆ ਹੋਇਆ ਹੋਰ ਆਪਾਂ ਕੀ ਕਿਹਾ ਸੀ ਕਮੈਂਟ ਕਰਨ ਨੂੰ ਕਿ ਇਹ ਕਮੈਂਟ ਕਰਕੇ ਦੱਸਿਓ ਕੀ ਕੁਛ ਕਿਹਾ ਸੀ ਆਪਾਂ ਮਾਲਦੀਵ ਕੀ ਬਾਲੀ ਜਾਣ ਦੇ ਵਿੱਚ ਦੋਵੇਂ ਇੱਕ ਦੋਨੋਂ ਹੀ ਜਾਣਾ ਆ ਇੱਕ ਦੱਸਿਓ ਨਾ ਤੁਸੀਂ ਸਾਰੇ ਜਾਣੇ ਦਾ ਦੋਨੋਂ ਵਾਲੇ ਦੋ ਦੱਸ ਦਿਓ ਜਿਹੜੇ ਕਹਿਣਗੇ ਦੋਨੋਂ ਇਹ ਨਹੀਂ ਦੱਸਣਾ ਮੈਂ ਤਾਂ ਦੋਨੋਂ ਜਗ੍ਹਾ ਹੀ ਜਾਣਾ ਆ ਇਹਦੇ ਲਈ ਮੋਟੀਵੇਟ ਕਰੋ ਕਿ ਦੋਨੋਂ ਜਗ੍ਹਾ ਹੋ ਕੇ ਆਓ ਕਿਉਂਕਿ ਦੋਨੋਂ ਜਗ੍ਹਾ ਬਹੁਤ ਸੋਹਣੀ ਆ ਕਮੈਂਟ ਕਰਕੇ ਦੱਸੋ ਕਿਹੜੀ ਜ਼ਿਆਦਾ ਸੋਹਣੀ ਤੇ ਬਾਕੀ ਤੁਸੀਂ ਸਾਰੇ ਕਮੈਂਟ ਕਰਕੇ ਦੱਸੋ ਕਿ ਕਿਸੇ ਦਾ ਇਸ ਤੋਂ ਇਲਾਵਾ ਕੋਈ ਹੋਰ ਕੁਐਸਚਨ ਹੈਗਾ ਆ ਤੇ ਉਹ ਆਪਾਂ ਅਗਲੇ ਵਲੌਗ 'ਚ ਸਾਨੂੰ ਸਾਰਿਆਂ ਨੂੰ ਕਲੀਅਰ ਕਰਾਂਗੇ ਤਾਂ ਹੁਣ ਤੁਸੀਂ ਸਾਰੇ ਜਾਣੇ ਸਾਡੇ ਇੰਸਟਾਗ੍ਰਾਮ ਨੂੰ ਫੋਲੋ ਕਰ ਲਓ ਜਾਵੇ ਭਾਜੀ ਦਾ ਉੱਪਰ ਮੈਸੇਜ ਆਇਆ ਹੈ ਤੇ ਇੰਸਟਾਗ੍ਰਾਮ ਨੂੰ ਸਾਰੇ ਫੋਲੋ ਕਰ ਲਓ ਇੱਥੇ ਮੈਂ ਲਿੰਕ ਦਿੱਤਾ ਹੋਇਆ ਵਾ ਆਈਡੀ ਮੈਂਸ਼ਨ ਕੀਤੀ ਹੋਈ ਆ ਦੋਨਾਂ ਦੀ ਇੰਸਟਾਗ੍ਰਾਮ ਦੀ ਤੁਸੀਂ ਮੇਰੀ ਆਈਡੀ ਮੇਰੇ ਕਲੱਬ ਫੋਲੋਅਰ ਬਾਇਓ ਦੇ ਵਿੱਚ ਇਹਦਾ 1 ਲੱਖ ਫੋਲੋਅਰ ਕੰਪਲੀਟ ਕਰਾਓ ਬਹੁਤ ਜਲਦੀ ਫਿਰ ਆਪਾਂ ਤੁਹਾਨੂੰ ਇੱਕ ਸਰਪ੍ਰਾਈਜ਼ ਵੀ ਦਿਖਾਵਾਂਗੇ ਜਦੋਂ ਇਹਦਾ 1 ਲੱਖ ਹੋ ਗਿਆ ਉਸ ਤੋਂ ਹਫਤੇ 10 ਦਿਨਾਂ ਦੇ ਵਿੱਚ ਠੀਕ ਆ ਤੇ ਸਾਰੇ ਜਾਣੇ ਕਰ ਲਓ ਹੁਣ ਐਡ ਤੇ ਇਧਰਲੇ ਪਾਸੇ ਸਨੈਪਚੈਟ ਆ ਰਹੀ ਆ ਇਧਰਲੇ ਪਾਸੇ ਇੰਸਟਾਗ੍ਰਾਮ ਆ ਰਿਹਾ ਦੋਨੋਂ ਆਈਡੀਆਂ ਨੇ ਜਾ ਕੇ ਫੋਲੋ ਕਰੋ ਤੇ ਦੱਸ ਦਿਆ ਕਰੋ ਕਮੈਂਟ ਕਰਕੇ ਤੁਹਾਨੂੰ ਨੈਕਸਟ ਵਲੌਗ ਕਾਦਾ ਚਾਹੀਦਾ ਆ ਤੇ ਹੋਮ ਟੂਰ ਵਾਲਾ ਬਹੁਤ ਜ਼ਿਆਦਾ ਸੀਗੀ ਡਿਮਾਂਡ ਉਹ ਆਪਾਂ ਬਣਾਉਨੇ ਆ ਉਹ ਆਪਾਂ ਬਣਾਉਨੇ ਹੁਣ ਦੋ ਦਿਨਾਂ ਤੱਕ ਤੁਹਾਡੇ ਸਾਹਮਣੇ ਹੋਮ ਟੂਰ ਆ ਜਾਏਗਾ ਸੋ ਬਾਏ ਬਾਏ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਲਾਈਕ ਕਰ ਦਿਓ ਵੀਡੀਓ ਨੂੰ ਜਿੰਨਾ ਕਰ ਸਕਦੇ ਆ ਬਾਏ